तरबर एक अनंत डार साखा पुहप पत्र रस भरिया। तरबर एक है, अगला शब्द है। हूं पंडित बथेरी कपत होली बेशा बदलता डूमरे कहता उन्हों की कह देंगे जड़े भगत ने उभरदे ने जड़े पंडित ने वेद भरोसे पंडित वेद भरोसे ने सिर्फ सानू वेद बचा लूगा वेद ग्रंथ नहीं बचा सकता तुहानू वेद की विचार बचाऊगी साडे भी जो गुरु ग्रंथ नूं कहिंदे बचा लूगा नहीं बचा सकता इहदी विचार बचाऊगी विचारधारा बचाऊगी बचाऊगी गुरमत ते लवांगे असीं इह नहीं बचा सकदा ਉਹਨਾਂ ਨੂੰ ਉਹ ਨਹੀਂ ਬਚਾ ਸਕਦਾ ਇਹਨਾਂ ਨੂੰ ਇਹ ਵੀ ਨਹੀਂ ਬਚਾ ਸਕਦਾ ਮੱਥਾ ਟੇਕਣਾ ਕੋਈ ਨਹੀਂ ਬਚੂਗਾ ਕੰਮ ਤਾਂ ਪੁੱਠੇ ਕਰਦੇ ਗੁਰਮਤ ਤੋਂ ਕੰਮ ਤਾਂ ਸਾਰੇ ਪੁੱਠੇ ਨੇ ਜਿਵੇਂ ਵੇਦ ਤੋਂ ਪੁੱਠੇ ਪੰਡਿਤ ਕਰਦਾ ਸੀ ਕੰਮ ਵੇਦ ਅਨੁਸਾਰ ਕੰਮ ਕਰੇ ਤੇ ਸੀ ਗੁਰਮਤ ਵੇਦ ਅਨੁਸਾਰ ਹੈ ਕਬੀਰ ਵੇਦ ਅਨੁਸਾਰ ਹੈ ਜੇ ਕਬੀਰ ਵੇਦ ਦੀ ਗੱਲ ਕਰ ਰਿਹਾ ਕਿਉਂ ਕਰ ਰਿਹਾ ਵਿਚਾਰਧਾਰਾ ਉਹਦੇ ਕੋਲ ਕਿਹੜੀ ਹੈ ਉਦੋਂ ਗ੍ਰੰਥ ਲਾਉਂਦਾ ਕੋਈ ਗੁਰੂ ਨਹੀਂ ਹੈ ਸਾਡੇ ਕੋਲ ਉਦੋਂ ਗ੍ਰੰਥ ਕਿੱਥੇ ਹੈ ਕਬੀਰ ਵੇਲੇ ਕਬੀਰ ਵੇਦ ਨੂੰ ਇਹ ਕਿਉਂ ਕਹਿ ਰਿਹਾ ਉਸ ਵੇਲੇ ਰੋਲ ਮਾਡਲ ਵੇਦ ਹੈ ਸਿਰਫ ਇਹਨਾਂ ਨੂੰ ਵੇਦ ਤੋਂ ਲੱਗਦੀਆਂ ਗੱਲਾਂ ਗੁਰਬਾਣੀ 'ਚ ਲਿਖੀਆਂ ਹੋਈਆਂ ਨੇ ਰਾਮ ਨਾਮ ਦਾ ਫਿਰ ਪੁਰਾਣਾ ਚਲਿਆ ਹੁੰਦਾ ਰਾਮ ਨਾਮ ਤਾਂ ਵੇਦ ਲੱਗਦੀ ਇਹਨਾਂ ਨੂੰ ਫਿਰ ਕਿਉਂ ਵਾਹਿਗੁਰੂ ਦਾ ਸ਼ਬਦ ਕਬੀਰ ਨੇ ਵਰਤਿਆ ਹੀ ਨਹੀਂ ਹੈ ਭਗਤਾਂ ਨੇ ਵਰਤਿਆ ਨਹੀਂ ਗੁਰੂਆਂ ਨੇ ਵਰਤਿਆ ਹੀ ਨਹੀਂ ਹੋਇਆ ਤੁਸੀਂ ਕਿੱਥੋਂ ਕੋਈ ਹੋੜ ਲਿਆ ਵਿੱਚ ਪੱਟਾਂ ਨੇ ਵਰਤਦਾ ਪੱਟ ਤਾਂ ਫਿਰ ਵੀ ਪੱਟ ਤਾਂ ਬ੍ਰਾਹਮਣ ਨੇ ਫਿਰ ਵੀ ਪੱਟ ਕੌਣ ਨੇ ਬ੍ਰਾਹਮਣ ਨੇ ਉਹ ਤਾਂ ਉਹਨਾਂ ਦੇ ਬਜ਼ੁਰਗਾਂ ਨੇ ਵੇਦ ਲਿਖੇ ਸੀ ਉਹਨਾਂ ਦੇ ਬਜ਼ੁਰਗਾਂ ਨੇ ਉਪਨਿਸ਼ਦਾਂ ਲਿਖੀਆਂ ਸੀ ਮਿਸਯੂਜ਼ ਕੀਤਾ ਹਰੇਕ ਗੱਲ ਨੂੰ ਸ਼ਰਾਰਤੀਆਂ ਨੇ ਵਾਹਿਗੁਰੂ ਸ਼ਬਦ ਦਾ ਅਰਥ ਦੇਖੋ ਕੀ ਬਣਦਾ ਵਾਹਿਗੁਰੂ ਜਪਣ ਨੂੰ ਕਿੱਥੇ ਲਿਖਿਆ ਗੁਰਮੁਖ 'ਚ ਜਗ੍ਹਾ ਜਗ੍ਹਾ ਤਾਂ ਕੁਛ ਹੋਰ ਲਿਖਿਆ ਹੋਇਆ ਰਾਮ ਕਹਿ ਉਭਰੇ ਰਾਮ ਕਹਿ ਕੇ ਉਭਰੇ ਨੇ ਰਾਮ ਨਾਮ ਉਰਮੇ ਕਹੋ ਜਾ ਕੇ ਸਭਨੀ ਕੋਏ ਹਿਰਦੇ 'ਚ ਰਾਮ ਨਾਮ ਨੂੰ ਫੜ ਲਓ ਰਾਮ ਨਾਮ ਉਰਮੇ ਹਿਰਦੇ 'ਚ ਫੜ ਲਓ ਇਹਦੇ ਬਰਾਬਰ ਕੁਛ ਵੀ ਨਹੀਂ ਕਿੱਥੇ ਗਿਆ ਤੁਹਾਡਾ ਫਿਰ ਵਾਹਿਗੁਰੂ ਲਫ਼ਜ਼ ਕਿੱਥੇ ਚਲਾ ਜਾਊਗਾ ਗੁਰਬਾਣੀ ਤਾਂ ਰੱਦ ਕਰਦੀ ਹੈ ਉਹਨੂੰ ਜਾਣ ਕੇ ਕੀਤਾ ਹੋਇਆ ਸ਼ਰਾਰਤ ਕੀਤੀ ਹੋਈ ਹੈ ਪਤਾ ਲੱਗਣ ਦਾ ਵੀ ਨਹੀਂ ਹਟਦੇ ਕਿਉਂਕਿ ਉਹਨਾਂ ਦਾ ਪੇਸ਼ਾਵਰ ਨੇ ਨਾ ਪੰਡਿਤ ਵਾਂਗੂ ਇਹ ਪੇਸ਼ਾਵਰ ਲੋਕ ਨੇ ਸਾਰੇ ਆਪ ਡੁੱਬੇ ਚਾਹ ਵੇਦ ਵਿੱਚ ਚੇਲੇ ਰਹੇ ਉਹ ਨੇ ਹਾਂਜੀ ਤਰਬਰ ਏਕ ਅਨੰਤ ਡਾਰ ਸਾਖਾ ਪੇੜ ਇੱਕ ਹੈ ਸਿਰਫ ਤਰਬਰ ਏਕ ਪੇੜ ਇੱਕ ਹੈ ਅਨੰਤ ਡਾਰ ਸਾਖਾ ਪੇੜ ਕੀ ਹੈ ਉਹ ਪੇੜ ਹੁਕਮ ਹੈ ਹੁਕਮ ਪੇੜ ਹੈ ਇੱਕ ਹੋਏ ਤਾਂ ਉਗਵੇ ਕੀ ਉਗਵੇ ਸ਼ਬਦ ਉਗਵੇ ਉਹ ਜਿਹੜਾ ਸ਼ਬਦ ਗੁਰੂ ਕਿਹਾ ਸੁਰਤ ਚੇਲਾ ਪੇੜ ਹੈ ਇੱਕੋ ਹੀ ਪੇੜ ਹੈ ਸਾਰੇ ਬੋਲਦੇ ਨੇ ਸੱਚਖੰਡ ਵਾਲੇ ਚਾਹੇ ਆਵਾਜ਼ ਇੱਕੋ ਹੈ ਸਾਰਿਆਂ ਦੀ ਉਹ ਇੱਕ ਆਵਾਜ਼ ਪੇੜ ਹੈ ਇੱਕ ਹੋਏ ਤਾਂ ਸਾਰੇ ਇੱਕ ਨੇ ਜਿਹੜੇ ਉਹਨਾਂ ਦੇ ਹਿਰਦੇ ਦੀ ਆਵਾਜ਼ ਇੱਕ ਹੈ ਉੱਗੀ ਹੋਈ ਆਵਾਜ਼ ਹੈ ਜਿਹੜੀ ਹਿਰਦੇ 'ਚ ਪ੍ਰਗਟ ਹੋਇਆ ਇੱਛਾ ਸ਼ਕਤੀ ਆ ਸੋਚ ਸ਼ਬਦ ਹੁਕਮ ਨਾਦ ਉਹਦੇ ਨਾਂ ਬਹੁਤ ਨੇ ਉਹ ਇੱਕੋ ਹੀ ਹੈ ਨਾਮ ਉਹ ਇੱਕ ਡਾਰ ਸਾਖਾ ਬਹੁਤ ਨੇ ਡਾਰ ਸਾਖਾ ਕੀ ਨੇ ਭਲਾ ਜਿੰਨੇ ਜੀ ਨੇ ਸਾਰਿਆਂ ਨੂੰ ਗਿਆਨ ਉਹ 'ਚ ਬੀਜ ਮੰਤਰ ਉਹ ਬੀਜ ਮੰਤਰ ਹੈ ਉਹ ਆਵਾਜ਼ ਬੀਜ ਮੰਤਰ ਹੈ ਆਹ ਬੀਜ ਮੰਤਰ ਨਹੀਂ ਹੈ ਸਾਡੇ ਕੋਲ ਇਹ ਗੁਰਮੰਤਰ ਹੈ ਕਿਉਂਕਿ ਆਦਮੀ ਵਾਸਤੇ ਗਿਆਨ ਹੈ ਇਹ 'ਚ ਇਹ ਗੁਰਮੰਤਰ ਹੈ ਉਹ ਬੀਜ ਮੰਤਰ ਹੈ ਹਰ ਭਾਸ਼ਾ ਦਾ ਉਹਦੇ ਵਿੱਚ ਹੀ ਹੈ ਬਸ ਚੁਰਾਸੀ ਲੱਖ ਜੂਨ ਤੇ ਅਲਾ ਕੀ ਜੜ ਕੀ ਚੇਤਨ ਸਾਰਿਆਂ ਦਾ ਗਿਆਨ ਹੈ
ਸੂਰਜ ਨੂੰ ਇੱਕ ਨਿਰਧਾਰਤ ਏਰੀਏ ਤੋਂ ਬਾਹਰ ਨਹੀਂ ਜਾਣ ਦੇਣਾ, ਉਹਨੇ ਨਹੀਂ ਜਾ ਸਕਦਾ ਹੁਕਮ ਹੈ। ਪੈ ਵਿੱਚ ਪਵਨ ਚੱਲਾ ਸਦ, ਫਿਰ ਉਹ ਵੀ ਉਸ ਹੁਕਮ 'ਚ, ਉਹ ਵੀ ਭਾਸ਼ਾ ਹੁਕਮ ਦੀ ਸਮਝਦੀ। ਕੀ ਜਦ ਕੋਈ ਚੇਤਨ ਸਾਰਿਆਂ ਦਾ ਹੀ ਉਹ ਕੰਟਰੋਲ ਕਰਦਾ ਹੁਕਮ, ਉਹ ਦਰਖਤ ਹੈ ਜਿਹੜਾ ਅਨੰਤ ਡਾਰ ਸਾਖਾ। ਉਹਦੀਆਂ ਕਿੰਨੀਆਂ ਵਰਾਇਟੀਆਂ ਨੇ ਉਹ ਹੁਕਮ ਦੇ ਵਿੱਚ, ਡਾਰ ਸਾਖਾ ਕਿੰਨੀਆਂ ਨੇ। ਜਿਹੜੀ ਹਵਾ ਨੂੰ ਕੰਟਰੋਲ ਕਰਦੇ, ਹਵਾ ਨੂੰ ਅਗਰ ਉਹ ਸੂਰਜ ਨੂੰ ਨਹੀਂ ਕਰ ਸਕਦੀ। ਜਿਹੜਾ ਸੂਰਜ ਨੂੰ ਕੰਟਰੋਲ ਕਰੂ, ਉਹ ਪਲੈਨਟ ਸਾਰਿਆਂ ਨੂੰ ਕੰਟਰੋਲ ਕਰ ਲੂ। ਪਲੈਨਟ ਜਿੰਨੇ ਵੀ ਨੇ ਉਹਨਾਂ ਦਾ ਜਿਹੜਾ, ਜਿਹੜੇ ਉਹਨਾਂ ਨੇ ਮਾਰਗ ਹੈ, ਉਹ ਆਪਣੇ ਮਾਰਗ ਨੂੰ ਛੱਡ ਕੇ ਨਹੀਂ ਜਾ ਸਕਦੇ, ਉਹ ਅਲੱਗ ਹੈ। ਜਿੰਨੇ ਵੀ ਜੂਨਾਂ ਨੇ, ਹਰ ਜੂਨ ਦੀ ਭਾਸ਼ਾ ਕੱਲੀ ਕੱਲੀ ਜੂਨ ਨੂੰ ਅਲੱਗ ਅਲੱਗ ਹੈ, ਸਾਰਿਆਂ ਦਾ ਗਿਆਨ ਉਹਦੇ ਵਿੱਚ। ਕੋਈ ਕਿਹੜੀ ਪੌੜੀ 'ਤੇ ਖੜ੍ਹਾ, ਉੱਥੇ ਦਾ ਗਿਆਨ ਉਹਨਾਂ ਨੂੰ। ਕੋਈ ਕੀ ਮੰਗਦਾ ਉਹਦੀ ਭਾਸ਼ਾ ਸਮਝਦਾ, ਉਹਨੂੰ ਸਾਰਿਆਂ ਨੂੰ ਦੇਣਾ, ਰਿਜਕ ਵੀ ਸਾਰਿਆਂ ਨੂੰ ਉਹਨੇ ਪਹੁੰਚਾਉਣਾ। ਇਹ ਉਹਦੀਆਂ ਡਾਰ ਸਾਖਾ ਨੇ, ਅਨੰਤ ਡਾਰ ਸਾਖਾ। ਪੋਪ ਫੁੱਲ ਵੀ ਨੇ, ਪੱਤਰ ਰਸ ਭਰੀਆਂ, ਫੁੱਲ ਕੀ ਨੇ, ਪੋਪ ਪੱਤਰ ਪੱਤੇ ਵੀ ਨੇ, ਰਸ ਭਰਿਆ ਰਸ ਵੀ ਉਹਦੇ ਵਿੱਚ, ਪੋਪ ਪੱਤਰ ਰਸ ਭਰੀਆਂ, ਪੋ ਭਰਿਆ ਭਰਿਆ ਭਰੀਆ ਭਰਿਆ ਹੋਇਆ। ਅਨੰਤ ਪ੍ਰਕਾਰ ਦਾ ਗਿਆਨ ਹੈ, ਅਨੰਤ ਪ੍ਰਕਾਰ ਦੇ ਕਰਮਕਾਂਡ ਫੁੱਲ ਨੇ, ਮੱਤਾਂ ਨੇ, ਡਿਵੈਲਪਮੈਂਟ ਹੈ, ਬੁੱਧੀ ਡਿਵੈਲਪ ਹੋ ਰਹੀ ਹੈ ਥੱਲੇ ਤੋਂ ਉੱਪਰ ਨੂੰ। ਹਰ ਬਨਸਪਤੀ ਨੂੰ ਫੁੱਲ ਲੱਗਦਾ, ਚਾਹੇ ਕੋਈ ਹੋਵੇ, ਇਵੇਂ ਹਰ ਜੂਨ ਦੇ ਵਿੱਚ ਉਹਦਾ ਤਪ ਪੂਰਾ ਹੋ ਕੇ ਉਹਨੂੰ ਗਿਆਨ ਮਿਲਦਾ, ਹਰ ਜੂਨ ਦੇ ਵਿੱਚ ਗਿਆਨ ਮਿਲਦਾ। ਹੌਲੀ 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 ਅਖੀਰ ਮਨੁੱਖਾ ਜੂਨ 'ਤੇ ਆ ਕੇ ਗਿਆਨ ਪੂਰਾ ਹੋ ਜਾਂਦਾ। ਪੂਰਾ ਗਿਆਨ ਕਰਨ ਦਾ ਮੌਕਾ ਹੈ ਮਨੁੱਖਾ ਜੂਨ ਦੇ ਵਿੱਚ ਆ ਕੇ, ਬਾਕੀਆਂ ਨੂੰ ਗਿਆਨ ਜ਼ਿਆਦਾ ਹੋ ਜਾਂਦਾ ਜੂਨਾਂ ਤੋਂ, ਇੱਥੇ ਆ ਕੇ ਪੂਰਾ ਵੀ ਹੋ ਸਕਦਾ ਜੇ ਪੂਰਾ ਕਰਨਾ ਹੋਵੇ ਕਿਸੇ ਨੇ। ਪਰ ਜਿਹੜਾ ਮੰਨ ਲਵੇ ਆਪਣੇ ਆਪ ਮੈਂ ਪੂਰਾ ਹੀ ਹਾਂ, ਉਹਦਾ ਪੂਰਾ ਕਦੇ ਵੀ ਨਹੀਂ ਹੁੰਦਾ। ਫਿਰ ਜਿਹੜਾ ਸਭ ਕੋਲ ਪੂਰਾ ਆਪੋ ਹੋਵੇ ਹੈ ਨਾ, ਉਹ ਨਹੀਂ ਪੂਰਾ ਹੁੰਦਾ। ਪੂਰਾ ਹੋਇਆ ਦਰਗਾਹ ਜਿਹੜਾ ਪੂਰਾ ਪੂਰਾ ਹੋਊ ਤਾਂ ਉੱਗੇ ਆਊਗਾ, ਜਿੰਨੇ ਚਿਰ ਉੱਗਦਾ ਨਹੀਂ ਹੈ ਉਹਨਾਂ ਚਿਰ ਪੂਰਾ ਹੈ ਨਹੀਂ। ਜਦੋਂ ਪੂਰਾ ਹੋ ਗਿਆ ਉੱਗੇ ਆਊਗਾ ਅੰਦਰੋਂ ਗਿਆਨ, ਆਪੇ ਸ਼ਬਦ ਆਪੇ ਸੋਝੀ ਉੱਗ ਪਊਗੀ ਅੰਦਰੋਂ। ਜਿੰਨਾ ਸੋਝੀ ਉੱਗਦੀ ਨੇ ਉਹਨਾਂ 'ਚ ਸਮਝ ਲਓ ਵੀ ਘਾਟ ਹੈ। ਪੂਰਾ ਹੋ ਜੂ ਮਾਇਆ ਦੀ ਭੁੱਖ ਆਪੇ ਚਲੀ ਜਾਊਗੀ, ਛੁੱਟ ਗਈ ਸੰਸਾਰੀ। ਜਿੰਨਾ ਚਿਰ ਸੰਸਾਰੀ ਛੁੱਟਦੀ ਨਹੀਂ ਉਹਨਾਂ ਚਿਰ ਲਈ ਜਾਓ ਗਿਆਨ। ਪੂਰਾ ਦਾ ਲੱਛਣ ਆਪੇ ਦੱਸ ਦੂਗਾ ਵੀ ਪੂਰਾ ਜਿਹਾ ਹੋ ਗਿਆ। ਹਾਂ, ਪੋਪ ਪੱਤਰ ਰਸ ਭਰਿਆ, ਰਸ ਵੀ ਹੈ ਹਰ ਚੀਜ਼ ਦੇ ਵਿੱਚ, ਰਸ ਹੈ ਹਰ ਗਿਆਨ ਦੇ ਵਿੱਚ, ਰਸ ਹੈ ਪੇੜ 'ਚ, ਰਸ ਵੀ ਹੈ ਹਰ ਸਟੇਜ 'ਤੇ, ਰਸ ਹੈ ਰਸ ਭਰੀਆ। ਇਹ ਅੰਮ੍ਰਿਤ ਕੀ ਬਾੜੀ ਹੈ ਰੇ, ਤਿੰਨ ਹਰ ਪੂਰੇ ਕਰੀਆ। ਇਹ ਕੋਈ ਇਹੋ ਜਿਹਾ ਪੇੜ ਨਹੀਂ ਹੈ ਸੰਸਾਰੀ ਪੇੜ, ਇਹ ਅੰਮ੍ਰਿਤ ਕੀ ਬਾੜੀ ਹੈ, ਇਹ ਅੰਮ੍ਰਿਤ ਪੇੜ ਹੈ ਹਮੇਸ਼ਾ ਰਹਿਣ ਵਾਲਾ। ਇਹ ਅੰਮ੍ਰਿਤ ਕੀ ਬਾੜੀ ਦਾ ਪੇੜ ਹੈ, ਤਿੰਨ ਹਰ ਪੂਰੇ, ਇਹ ਹਰ ਪੂਰੇ ਹਰ ਦਾ ਪੈਦਾ ਕੀਤਾ ਹੋਇਆ ਪੇੜ ਹੈ, ਉੱਥੋਂ ਪੈਦਾ ਹੋਇਆ ਹੋਇਆ ਹਰ ਪੂਰਾ। ਦੇਖੋ ਇੱਕ ਹਰ ਹੈ, ਇੱਕ ਹਰ ਪੂਰਾ, ਤਿੰਨ ਹਰ ਪੂਰੇ, ਹਰ ਦੇ ਨਾਲ ਪੂਰਾ ਲਫ਼ਜ਼ ਲੱਗਿਆ ਹੋਇਆ। ਹਰ ਅਧੂਰਾ ਹੁੰਦਾ, ਅੱਧਾ ਹੁੰਦਾ, ਹਰ ਹਰ ਅੱਧਾ ਹੀ ਹੁੰਦਾ, ਹਰ ਦਾ ਪੂਰਾ ਨਹੀਂ ਲੱਗਿਆ, ਤਿੰਨ ਹਰ ਪੂਰੇ। ਜਦ ਹਰ ਪੂਰਾ ਹੋ ਜਾਂਦਾ ਵਿੱਚੋਂ, ਤਾਂ ਇਹ ਸ਼ਬਦ ਪੈਦਾ ਹੁੰਦਾ, ਪੂਰੇ ਸ਼ਬਦ ਦਾ ਪੈਦਾ ਕੀਤਾ ਹੋਇਆ, ਪੂਰੇ ਕਰਿਆ। ਹਾਂਜੀ, ਇਹ ਗੱਲ ਜਾਣ ਲਈ, ਪੂਰਾ ਹਰ ਹਰ ਅਧੂਰਾ ਹਰ ਹੁੰਦਾ ਹੈ, ਤੇ ਪੇੜ ਕਿੱਥੋਂ ਪੈਦਾ ਹੋਇਆ, ਰਾਜਾ ਰਾਮ ਦੀ ਕਹਾਣੀ ਜਾਣ ਲਈ ਨਾ ਸਾਰੀ, ਜਾਣੀ ਜਾਣੀ ਰੇ ਰਾਜਾ ਰਾਮ ਕੀ ਕਹਾਣੀ। ਕਹਿੰਦੇ ਰਾਜਾ ਰਾਮ ਕੀ ਕਹਾਣੀ, ਰਾਜਾ ਰਾਮ ਕੌਣ? ਰਾਜਾ ਰਾਮ ਨਾਮ ਮੋਰਾ ਬ੍ਰਹਮ ਗਿਆਨ, ਬ੍ਰਹਮ ਗਿਆਨ ਦੀ ਸਾਰੀ ਕਹਾਣੀ ਮੈਂ ਬੁੱਝ ਲਈ। ਇਹ ਸਾਰੀ ਕਹਾਣੀ ਸ੍ਰਿਸ਼ਟੀ ਕਿਵੇਂ ਪੈਦਾ ਹੋਈ ਹੈ, ਕਦ ਪੈਦਾ ਹੋਈ ਹੈ, ਕਿਵੇਂ ਪੈਦਾ ਹੋਈ ਹੈ, ਸਾਰੀ ਕਹਾਣੀ ਬੁੱਝ ਲਈ।
ਜਾਣੀ ਜਾਣੀ ਦੇ ਰਾਜਾ ਰਾਮ ਕੀ ਕਹਾਣੀ ਅੰਤਰ ਜੋਤ ਰਾਮ ਪ੍ਰਗਾਸਾ ਅੰਤਰ ਜੋਤ ਜੋਤ ਤਾਂ ਪਹਿਲਾਂ ਗੁਰਬਾਣੀ ਦੀ ਹੋਣੀ ਹੈ ਜਿਹਦੇ ਅੰਦਰ ਗਿਆਨ ਹੋ ਜਾਂਦਾ ਨਾ ਗੁਰਬਾਣੀ ਦੀ ਸੋਝੀ ਹੋ ਜਾਂਦੀ ਹੈ ਪ੍ਰਗਟ ਪਹਿਲਾਂ ਸੋਝੀ ਪ੍ਰਾਪਤ ਕਰ ਲੈਂਦਾ ਅੰਤਰ ਗਿਆਨ ਰਾਮ ਪ੍ਰਗਾਸਾ ਉਹ ਰਾਮ ਦਾ ਪ੍ਰਗਾਸ਼ ਹੈ ਰਾਮ ਦਾ ਹੀ ਪ੍ਰਕਾਸ਼ ਹੁੰਦਾ ਇਹ ਗਿਆਨ ਰਾਮ ਦਾ ਹੀ ਖੁਰਾਕ ਹੈ ਬ੍ਰਹਮ ਗਿਆਨੀ ਦਾ ਭੋਜਨ ਗਿਆਨ ਇਹ ਸਮਝੋ ਰਾਮ ਦਾ ਪ੍ਰਕਾਸ਼ ਹੈ ਰਾਮ ਦਾ ਪ੍ਰਤਾਪ ਹੈ ਪ੍ਰਤਾਪ ਤੁਹਾਰਾ ਦੇਖ ਕੇ ਹਾਂ ਰਾਮ ਪ੍ਰਗਾਸਾ ਗੁਰਮੁਖ ਬਿਰਲੇ ਜਾਣੇ ਗੁਰਮੁਖ ਬਿਰਲੇ ਜਾਣੇ ਫਿਰ ਕਿਸੇ ਸੰਤ ਦੀ ਗੱਲ ਨਹੀਂ ਕੀਤੀ ਫਿਰ ਕਿਸੇ ਸਾਧ ਦੀ ਗੱਲ ਨਹੀਂ ਕੀਤੀ ਗੱਲ ਗੁਰਮੁਖ ਦੀ ਕੀਤੀ ਹੈ ਗੁਰਮੁਖ ਤੋਂ ਸਭ ਛੋਟੇ ਨੇ ਸੰਸਾਰ 'ਚ ਸੰਤ ਆਪਣੇ ਚੇਲੇ ਨੂੰ ਗੁਰਮੁਖ ਕਹਿੰਦੇ ਨੇ ਸੰਤ ਕਹਿੰਦੇ ਨੇ ਆਪਣੇ ਚੇਲੇ ਨੂੰ ਗੁਰਮੁਖ ਵੀ ਅਸੀਂ ਬੜੇ ਹਾਂ ਇਹ ਬੜਾ ਗੁਰਮੁਖ ਹੈ ਜੀ ਇਹ ਮੇਰੇ ਤੋਂ ਛੋਟਾ ਹੈ ਜਿਹਨੂੰ ਗੁਰਮੁਖ ਕਹਿੰਦੇ ਨੇ ਉਹ ਚੇਲਾ ਉਹਦਾ ਬੁੱਧ ਭ੍ਰਸ਼ਟ ਹੋਈ ਹੈ ਜਾਂ ਫਿਰ ਉਹਦੀ ਜੇ ਇਹਨਾਂ ਨੂੰ ਗੁਰਮੁਖ ਦੀ ਸਮਝ ਹੋਵੇ ਚੇਲੇ ਨੂੰ ਗੁਰਮੁਖ ਨਹੀਂ ਕਹਿ ਸਕਦੇ ਜਾਂ ਗੁਰਮੁਖ ਨੂੰ ਚੇਲਾ ਨਹੀਂ ਬਣਾ ਸਕਦੇ ਇੰਨੀਆਂ ਬੁੱਧੀ ਨਹੀਂ ਜਿਹਨਾਂ ਨੂੰ ਹੈ ਲੋਕਾਂ ਨੂੰ ਉਹ ਸੰਤ ਬਣੇ ਬੈਠੇ ਨੇ ਜਾਣੀ ਜਾਣੀ ਨੇ ਰਾਜਾ ਰਾਮ ਕੀ ਕਹਾਣੀ ਕਬੀਰ ਕਹਿੰਦਾ ਮੈਂ ਜਾਣ ਲਈ ਰਾਜਾ ਰਾਮ ਕੀ ਕਹਾਣੀ ਰਾਜਾ ਰਾਮ ਕੀ ਕਹਾਣੀ ਰਮਾਇਣ ਵੀ ਹੈ ਪਰ ਰਮਾਇਣ ਤਾਂ ਲੋਕ ਸੁਣਾਉਂਦੇ ਹੀ ਤੇ ਰੋਜ਼ ਆਹ ਕਿਹੜੀ ਕਹਾਣੀ ਕਹਿੰਦਾ ਜਾਣੀ ਜਾਣੀ ਰੇ ਰਾਜਾ ਰਾਮ ਕੀ ਕਹਾਣੀ ਗੁਰਬਾਣੀ 'ਚ ਰਾਜਾ ਰਾਮ ਕੀ ਕਹਾਣੀ ਅਸਲੀ ਹੈ ਉਹ ਰਾਜਾ ਰਾਮ ਕੀ ਕਹਾਣੀ ਨਕਲੀ ਹੈ ਗੁਰਬਾਣੀ ਦੀ ਰਮਾਇਣ ਹੋਰ ਹੈ ਕਾਸ਼ੀ ਵਾਲਿਆਂ ਦੀ ਪੰਡਿਤ ਦੀ ਰਮਾਇਣ ਹੋਰ ਹੈ ਪੰਡਿਤ ਦੀ ਆਪਣੀ ਰਮਾਇਣ ਹੈ ਗੁਰਮੁਖਾਂ ਦੀ ਆਪਣੀ ਰਮਾਇਣ ਹੈ ਪੰਡਿਤ ਨੇ ਜਾਂ ਬਾਟ ਪਾੜੀ ਹੈ ਨਾ ਰਮਾਇਣ ਵੀ ਨਕਲੀ ਬਣਾ ਲਈ ਜਦ ਉਹਨੇ ਡੁਪਲੀਕੇਟ ਕੁਛ ਬਣਾਉਣਾ ਐਸੇ ਮੂਰਤੀਆਂ ਬਣਾਈਆਂ ਨੇ ਸ਼ਾਸਤਰ ਬਣਾਏ ਨੇ ਵੇਦ ਵਿੱਚੋਂ ਰਾਮ ਵੀ ਤਾਂ ਉਹਨੇ ਮਨ ਘੜੰਤ ਬਣਾਉਣਾ ਹੀ ਸੀ ਇਸ ਕਰਕੇ ਰਮਾਇਣ ਨੂੰ ਕੋਰਟਾਂ ਸੱਚਾ ਨਹੀਂ ਮੰਨਦੀਆਂ ਸੱਚ ਨਹੀਂ ਮੰਨਦੀਆਂ ਮਾਨਸ ਚਰਿੱਤਰ ਤਾਂ ਹੀ ਕਿਹਾ ਰਾਮ ਮਾਨਸ ਚਰਿੱਤਰ ਮਾਨਸ ਦਾ ਚਰਿੱਤਰ ਦਾ ਚਿਤਰਣ ਕੀਤਾ ਹੈ ਮਾਨਸ ਦਾ ਜਿਹੜਾ ਹੈ ਸੁਭਾਅ ਕਰੈਕਟਰ ਉਹਦਾ ਚਿਤਰਣ ਉਹਦੇ 'ਚ ਚੰਗਾ ਮਾਨਸ ਦਾ ਵਧੀਆ ਮਾਨਸ ਜਿਹੜਾ ਹੁੰਦਾ ਉਹਦਾ ਚਰਿੱਤਰ ਕਿਹੋ ਜਿਹਾ ਚਾਹੀਦਾ ਇਹੋ ਜਿਹਾ ਚਾਹੀਦਾ ਜਿਹੋ ਜਿਹਾ ਰਾਮ ਦਾ ਹੁੰਦਾ ਉਹਨਾਂ ਦੇ ਹਿਸਾਬ ਨਾਲ ਉਹਨਾਂ ਨੂੰ ਚੰਗਾ ਲੱਗਦਾ ਸਾਰਿਆਂ ਨੂੰ ਚੰਗਾ ਲੱਗੇ ਚਾਹੇ ਨਾ ਲੱਗੇ ਪਰ ਜਿੱਥੋਂ ਅੱਗੇ ਸ਼ੰਭੂ ਕ੍ਰਿਸ਼ੀ ਦਾ ਸਿਰ ਬਣਾਉਂਦੇ ਨੇ ਰਾਮ 'ਤੇ ਭਗਤ ਦਾ ਉੱਥੇ ਤਾਂ ਲੋਕਾਂ ਨੂੰ ਚੰਗਾ ਨਹੀਂ ਲੱਗਦਾ ਚਲੋ ਕਿਸੇ ਨੂੰ ਚੰਗਾ ਨਾ ਲੱਗੇ ਜਾਂ ਲੱਗੇ ਪੰਡਿਤ ਨੂੰ ਚੰਗਾ ਲੱਗਦਾ ਦੂਏ ਦਾ ਧਰਮ ਹੈ ਦੂਏ ਨੂੰ ਚੰਗਾ ਲੱਗੇ ਚਾਹੇ ਨਾ ਲੱਗੇ ਜਿਹਦਾ ਧਰਮ ਉਹਨਾਂ ਨੂੰ ਚੰਗਾ ਲੱਗਦਾ ਸਾਰੇ ਸਾਰੀਆਂ ਮਤਾਂ ਦਾ ਇਹੋ ਜਿਹਾ ਹੀ ਹਾਲ ਹੈ ਜਾਣੀ ਜਾਣੀ ਨੇ ਰਾਜਾ ਰਾਮ ਕੀ ਕਹਾਣੀ ਅੰਤਰ ਜੋਤ ਰਾਮ ਪ੍ਰਗਾਸਾ ਰਾਮ ਜਿਹਦੇ ਅੰਦਰ ਰਾਮ ਦਾ ਪ੍ਰਗਾਸ ਹੋਊ ਨਾ ਚਾਨਣ ਹੋਊ ਉਹ ਕਿਸੇ ਬਿਰਲੇ ਗੁਰਮੁਖ ਨੇ ਕਦੇ ਜਾਣੀ ਹੈ ਇਹਦਾ ਮਤਲਬ ਜੋ ਪ੍ਰਚਲਿਤ ਰਾਮ ਕੀ ਕਹਾਣੀ ਉਹ ਕਹਾਣੀ ਨਹੀਂ ਹੈ ਰਾਮ ਕੀ ਸਾਡੇ ਪ੍ਰਚਾਰਕ ਰਮਾਇਣ ਨੂੰ ਮੂਹਰੇ ਲਿਆ ਕੇ ਬਾਣੀ ਉਠਾ ਰਹੇ ਨੇ ਗੁਰਬਾਣੀ ਰਮਾਇਣ ਨੂੰ ਰੱਦ ਕਰ ਰਹੀ ਹੈ ਤਲਵਾੜੇ ਨਾਲ ਮੇਰੀ ਗੱਲ ਹੋਈ ਵੀ ਰਾਮ ਜਿਹੜੀ ਰਮਾਇਣ ਹੈ ਰੱਦ ਕੀਤੀ ਹੈ ਗੁਰਬਾਣੀ ਨੇ ਕਹਿੰਦਾ ਤੁਸੀਂ ਕੁਛ ਕਹੀ ਜਾਓ ਅਸੀਂ ਇਹੀ ਮੰਨਾਂਗੇ ਪੰਡਿਤ ਹੈ ਨਾ ਉਹ ਪੰਡਿਤ ਸੀ ਨਾ ਉਹ ਮੂਰਤੀਆਂ ਲੈ ਕੇ ਆਏ ਸੀ ਨਾ ਇਹ ਲੋਕ ਇਹਨਾਂ ਨੇ ਵਿਰੋਧ ਕੀਤਾ ਸੀ ਮੂਰਤੀਆਂ ਦਾ ਇਹ ਜਿਹੜੇ ਬਾਬੂ ਤੇਜਾ ਸਿੰਘ ਆ ਰਣਧੀਰ ਸਿੰਘ ਦਾ ਚੇਲਾ ਸੀ ਇਹਦਾ ਰਣਧੀਰ ਸਿੰਘ ਦੀ ਔਲਾਦ ਹੈ ਰਣਧੀਰ ਸਿੰਘ ਦਾ ਪਰਿਵਾਰ ਹੈ ਸਾਰੇ ਮੂਰਤੀਆਂ ਦਾ ਹੀ ਲੈ ਕੇ ਆਇਆ ਸੀ ਜਦ ਮੂਰਤੀਆਂ ਕੱਢੀਆਂ ਇਹਨਾਂ ਨੇ ਵਿਰੋਧ ਕੀਤਾ ਸੀ ਉਹ ਕਿਵੇਂ ਮੰਨ ਲੈਂਦੇ ਵੀ ਰਮਾਇਣ ਹੈ ਨਹੀਂ ਅਸਲ 'ਚ ਨਵੇਂ ਪੰਡਿਤ ਵੜ ਗਏ ਆ ਕੇ ਸਾਡੇ 'ਚ
ਉਹ ਰਾਮ ਰਾਮ ਕਰਦਾ ਤਾਂ ਵਹਿਰੂ ਵਹਿਰੂ ਕਰਨ ਲੱਗ ਗਏ ਗੁਰਬਾਣੀ ਪੜ੍ਹਨ ਤੇ ਬੰਦ ਕਰਤੇ। ਉਹ ਨਹੀਂ ਚਾਹੁੰਦੇ ਵੀ ਦੂਜੇ ਰਾਮ ਦੀ ਕਹਾਣੀ ਅਸੀਂ ਕਰੀਏ, ਗੁਰਬਾਣੀ ਵਾਲੇ ਰਾਮ ਨੂੰ ਅਸੀਂ ਹਾਈਲਾਈਟ ਕਰੀਏ, ਉਹ ਨਹੀਂ ਚਾਹੁੰਦੇ। ਕਬੀਰ ਜਦ ਕਹਿ ਰਿਹਾ ਜਾਣੀ ਜਾਣੀ ਦੇ ਰਾਜਾ ਰਾਮ ਕੀ ਕਹਾਣੀ, ਇਹਦਾ ਮਤਲਬ ਹੈ ਉਹ ਰਾਮ ਕੀ ਕਹਾਣੀ ਕਬੀਰ ਨੇ ਜਾਣੀ ਹੈ। ਪਹਿਲਾਂ ਉਹ ਪ੍ਰਚਲਿਤ ਹੈ ਨਹੀਂ, ਉਦੋਂ ਹੈ ਕਿਹੜੀ ਹੈ, ਡੁਪਲੀਕੇਟ, ਡੁਪਲੀਕੇਟ ਹੈ ਸਾਰੀ ਕਹਾਣੀ। 3,500 ਸਾਲ ਦਾ ਬੰਦੇ ਨੇ ਆਰੀਆ ਲੋਕਾਂ ਨੂੰ, 2,500 ਸਾਲ ਦੇ ਆਏ ਹੋਏ ਆਰੀਆ ਲੋਕ ਰਾਮਚੰਦਰ ਨੂੰ ਜਾਣਦੇ ਨੇ, 33 ਯੁੱਗ ਦਾ ਅਵਤਾਰ ਬੰਦੇ ਨੇ, ਕਿੰਨੇ ਸੌ ਲੱਖ ਸਾਲ ਹੋ ਗਏ, 19 ਲੱਖ ਸਾਲ ਦਾ ਆਰੀਆ ਇੱਥੇ ਹੈ ਹੀ ਨਹੀਂ, ਹਿੰਦੁਸਤਾਨ 'ਚ ਨਹੀਂ ਹੈ, ਇਹ ਸਭ ਝੂਠ ਲਿਖਿਆ ਹੋਇਆ ਹੈ। ਨਾਲੇ 33 ਯੁੱਗ ਹੁੰਦਾ, ਕਦੇ ਵੱਖਰਾ, ਨਾ ਦੁਆਪਰ ਯੁੱਗ ਕਦੇ ਵੱਖਰਾ ਹੋਇਆ, ਜਾਂ 33 ਦੁਆਪਰ ਯੁੱਗੇ ਨਹੀਂ ਹੋਏ, ਧਰਮਾਇਣ ਮਹਾਂਭਾਰਤ ਕਿੱਥੋਂ ਹੋ ਗਈ। ਗੁਰਬਾਣੀ ਨਹੀਂ ਬਣਦੀ, ਵੇਦ ਨਹੀਂ ਬਣਦਾ ਕਿ ਯੁੱਗ ਕਦੇ ਇਹ ਧਰਤੀ ਦੇ ਉੱਤੇ ਦੁਆਪਰ ਅਰ ਕਲਯੁੱਗ ਕਲਯੁੱਗ ਹੁੰਦਾ ਕਿਵੇਂ। ਬਸ ਜਦੋਂ ਜੀਵ ਜੰਤ ਸਰੀਰ ਦੇ ਧਾਰੀ ਹੁੰਦੇ ਨੇ, ਸਾਰੇ ਹੀ ਕਲਪਨਾ ਕਰਦੇ ਨੇ, ਕਲਪਨਾ ਕਰਨ ਦਾ ਨਾਂ ਕਲਯੁੱਗ ਹੈ। ਦੁਆਪਰ 'ਚ ਕਲਪਨਾ ਕਰਦਾ ਨਹੀਂ, ਗਰਭ ਦੇ ਵਿੱਚ ਦੁਆਪਰ ਹੈ। 33 ਉਦੋਂ ਆ ਜਾਂਦੇ ਦੇਵ ਲੋਕ 'ਚ ਜਦੋਂ ਸਰੀਰ ਛੱਡ ਜਾਂਦਾ, ਸਰੀਰ ਹੁੰਦਾ ਨਹੀਂ ਇਹਦੇ ਕੋਲ, ਜੋਤ ਹੁੰਦੀ ਹੈ, ਆਤਮਾ ਹੁੰਦੀ ਹੈ, ਸਰੀਰ ਨਹੀਂ ਹੁੰਦਾ, ਉਹ 33। ਗੁਰਬਾਣੀ ਇਹ ਗੱਲ ਕਹਿੰਦੀ ਹੈ, ਉਹ ਵੀ ਬੁੱਝੇ ਨਾ ਜੁਗੇ, ਜਿਵੇਂ ਜਾਣੀ ਜਾਣੀ ਦੇ ਰਾਜਾ ਰਾਮ ਕੀ ਕਹਾਣੀ ਹੈ ਨਾ, ਉਹ ਪਿੱਛੇ ਬਾਬ ਨਖਰੀ ਇਹੀ ਗੱਲ ਕਹੀ ਸੀ, ਗੁਪਤੇ ਬੁੱਝੇ ਜੁਗ ਚਤੁਆਰੇ, ਗੁਪਤਾ ਕਹਾਂ ਗੁਪਤਾ ਹੀ ਤਾਂ ਰਾਮ ਹੈ, ਸਭੇ ਘੱਟ ਰਾਮ ਬੋਲੇ, ਉਹ ਗੁਪਤਾ ਰਾਮ ਹੈ ਸਾਰਿਆਂ ਦੇ ਅੰਦਰ, ਜਿਹੜਾ ਗੁਪਤਾ ਹੈ ਸਤਿਗੁਰ ਗੁਪਤਾ ਅੰਦਰ, ਸਤਿਗੁਰ ਤਾਂ ਖਾਲੀ ਕੋਈ ਨਹੀਂ, ਸਤਿਗੁਰ ਤਾਂ ਖਾਲੀ ਕੋਈ ਨਹੀਂ, ਸਤਿਗੁਰ ਬਾਹਰ ਟੋਲਦੇ ਫਿਰਦੇ ਨੇ। ਜੇ ਸਤਿਗੁਰ ਅੰਦਰ ਟੋਲ ਲੈਂਦੇ ਤਾਂ ਬਾਹਰਲੇ ਦੀ ਲੋੜ ਕੀ ਸੀ, ਬਾਹਰਲੇ ਦੀ ਲੋੜ ਉਹਨਾਂ ਨੂੰ ਹੈ ਜਿਹਨਾਂ ਨੇ ਅੰਦਰ ਟੋਲਿਆ ਨਹੀਂ। ਗੁਪਤੇ ਬੂਝੇ ਜੁਗ ਚਤੁਹਾਰੇ, ਘੱਟ ਘੱਟ ਵਰਤੇ ਉਧਰ ਬੁਝਾਰੇ, ਉਹ ਹਿਰਦੇ 'ਚ ਵਰਤਦੇ ਹੁੰਦੇ ਨੇ। ਯੁੱਗ ਤਾਂ ਅੰਦਰ ਹੈ ਆਦਮੀ ਦੇ, ਉਹਦੀ ਅਵਸਥਾ ਕੀ ਹੈ, ਇੱਕ ਘੜੀ ਨਾਲ ਮਿਲਤੇ ਤਾਂ ਕਰ ਯੁਗ ਹੋਤਾ, ਪੰਜਵੇਂ ਪਾਤਸ਼ਾਹ ਕਹਿੰਦੇ ਨੇ। ਜਦ ਮੈਂ ਆਪਣੇ ਮੂਲ ਨਾਲ ਟੁੱਟ ਜਾਂਦਾ, ਮਨ ਚਿੱਤ ਮੇਰੇ ਅੱਡ ਅੱਡ ਹੋ ਜਾਂਦੇ ਨੇ, ਜਿੰਨਾ ਚਿਰ ਚੇਤਾ ਮਨ ਇੱਕ ਰਹਿੰਦੇ ਨੇ ਸਹਿਯੋਗ ਹੁੰਦਾ, ਜਾਂ ਵੱਖਰਾ ਹੋ ਜਾਂਦਾ ਕਲਯੁੱਗ ਹੋ ਜਾਂਦਾ, ਅਤੇ ਬਾਹਰ ਯੁੱਗ ਫਿਰ ਕਿੱਥੇ ਹੋਏ, ਇਹ ਪੰਡਤ ਦੇ ਬਣਾਏ ਨੇ ਬਾਹਰ ਯੁੱਗ। ਸਿਮਰਤ ਵੇਦ ਪੁਰਾਣ ਪਕਾਰਨ ਪੋਥੀਆਂ ਨਾ ਬਿਨਾ ਸਭ ਕੂੜ ਗੱਲ ਹੀ ਉੱਛੀਆਂ, ਤਾਂ ਕਿਹਾ ਸਭ ਝੂਠ ਹੈ। ਮੰਨਦਾ ਕੌਣ ਹੈ ਇਹਨਾਂ ਨੂੰ, ਮੰਨਣ ਵਾਲੀ ਕੋਈ ਗੱਲ ਹੀ ਨਹੀਂ, ਆਪਾਂ ਵਿਰੋਧੀ ਗੱਲਾਂ ਨੇ, ਸਾਰੀਆਂ ਆਪਾਂ ਵਿਰੋਧੀ ਗੱਲਾਂ ਨੇ ਚੱਲਦੀਆਂ ਆ, ਉਹਨਾਂ ਦੇ ਚੱਲੀ ਜਾਣ। ਗੁਰਮਤਿ 'ਚ ਆਪਾਂ ਵਿਰੋਧੀ ਗੱਲ ਕੋਈ ਨਹੀਂ ਹੈ, ਗੁਰਬਾਣੀ 'ਚ ਆਪਾਂ ਵਿਰੋਧੀ ਨਹੀਂ ਹੈ ਕੋਈ ਗੱਲ, ਜਿਹਨਾਂ ਨੂੰ ਆਪਾਂ ਵਿਰੋਧੀ ਲੱਗਦੀ ਹੈ ਉਹਨਾਂ ਦੀ ਮੱਤ ਥੋੜ੍ਹੀ ਹੈ। ਜਾਂ ਤਾਂ ਪੰਡਿਤ ਦੇ ਚੇਲੇ ਨੇ ਜਾਣ ਬੁੱਝ ਕੇ, ਕਿ ਉਹ ਪੰਡਿਤ ਨਾਲ ਗੱਲ ਬਣਾਉਂਦੇ ਨੇ ਆਪਣੀ, ਰਾਜਾ ਰਾਮ ਕੀ ਕਹਾਣੀ ਰਮਾਇਣ ਵਾਲੀ ਬਣਾਉਂਦੇ ਨੇ, ਉਹ ਬਣਦੀ ਨਹੀਂ ਹੈ, ਉਹ ਤਾਂ ਹੈ ਨਹੀਂ। ਜੇ ਉਹਦੇ ਨਾਲ ਬਣਾਵਾਂਗੇ ਫਿਰ ਫਿਰ ਨਹੀਂ ਬਣਦੀ ਗੱਲ ਹੈ, ਉਹ ਦਰੁਸਤ ਕੀਤੀਆਂ ਨੇ ਉਹ ਗੱਲਾਂ ਸਮਾਂ। ਸੋਧੇ ਸਿਮਰਤ ਸ਼ਾਸਤਰ ਸਗਲ, ਇਹ ਸੋਧ ਕੇ ਰੱਖੀਏ ਕਹਾਣੀ ਅਸਲੀ ਆਹ ਹੈ, ਉਹ ਵਿਗਾੜੀ ਹੋਈ ਹੈ ਜਾਣ ਬੁੱਝ ਕੇ, ਉਹ ਤਾਂ ਜਾਣ ਬੁੱਝ ਕੇ ਵਿਗੜੀ ਨਹੀਂ ਹੈ, ਜਾਣ ਬੁੱਝ ਕੇ ਵਿਗਾੜੀ ਹੈ। ਕਬੀਰ ਕਹਿੰਦਾ ਪੰਡਿਤ ਪਾੜੀ ਬਾਟ, ਭਗਤ ਕਬੀਰ ਦੀ ਬਾਣੀ ਹੈ ਵੀ, ਸਾਰੀ ਰਾਜਾ ਰਾਮ ਕੀ ਕਹਾਣੀ ਦੀ ਸਮਝ ਆ ਜਾਂਦੀ ਹੈ ਕਬੀਰ 'ਚੋਂ ਪੂਰੀ ਟੋਟਲ, ਕੋਈ ਸ਼ੰਕਾ ਨਹੀਂ ਰਹਿੰਦੀ, ਇਸੇ ਦੀ ਵਿਆਖਿਆ ਕਰੀ ਜਾਂਦੀ ਹੈ ਗੁਰਬਾਣੀ। ਔਖੀ ਹੈ ਇਹ ਬਾਣੀ, ਭਗਤ ਬਾਣੀ ਨੂੰ ਕੋਈ ਛੇੜਦਾ ਨਹੀਂ ਛੇਤੀ,
ਔਖੀ ਕਰਕੇ ਇਹਦੀ ਵਿਆਖਿਆ ਕੀਤੀ ਹੈ ਗੁਰੂ ਨਾਨਕ ਨੇ ਹੋਰ ਸਾਰੇ ਗੁਰੂਆਂ ਨੇ ਵਿਆਖਿਆ ਕਰਕੇ ਸੌਖੀ ਬਣਾਈ ਹੈ। ਜਦ ਉਹ ਵੀ ਸੌਖੀ ਨਾ ਬਣੀ ਦਸਮ ਪਾਤਸ਼ਾਹ ਨੇ ਹੋਰ ਸੌਖੀ ਬਣਾਤੀ, ਬਹੁਤ ਹੀ ਜ਼ਿਆਦਾ ਸੌਖੀ ਬਣਾਤੀ, ਸੌਖੀ ਬਣਾਤੀ ਫਿਰ ਵੀ ਨਹੀਂ ਸਮਝ ਆ ਰਹੀ, ਇੰਨੀ ਸੌਖੀ ਬਣਾਈ ਹੋਈ ਵੀ ਨਹੀਂ ਸਮਝ ਆ ਰਹੀ। ਪਰ ਜੇ ਕੋਈ ਕੋਸ਼ਿਸ਼ ਸਮਝਣ ਦੀ ਕਰੇ ਇਮਾਨਦਾਰੀ ਨਾਲ ਸਮਝ ਆ ਜਾਂਦੀ ਹੈ, ਕੋਸ਼ਿਸ਼ ਕੀਤੀ ਹੈ ਨਹੀਂ ਸਮਝਣ ਦੇ ਵਿੱਚ, ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਅਸੀਂ, ਨਾ 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 ਸਮਝਣ ਦੀ ਤਾਂ ਉਹ ਕੋਸ਼ਿਸ਼ ਕੀਤੀ ਹੈ ਜੋ ਅਰਦਾਸ ਕਰਦੇ ਹਾਂ ਪਿੱਛੋਂ, ਉਹੀ ਸਮਝਿਆ ਸੀ ਜੋ ਪਿੱਛੋਂ ਅਰਦਾਸ ਹੈ ਨਾ, ਸੂਈ ਤਾਂ ਉੱਥੇ ਅਟਕੀ ਹੋਈ ਹੈ ਸਾਰਿਆਂ ਦੀ। ਗੁਰਬਾਣੀ ਕਹੀ ਸੁਣੀ ਇੱਧਰ ਸੁਣੀ ਇੱਧਰ ਕਰਤੀ, ਅਰਦਾਸ ਵੇਲੇ ਸਾਰੀ ਗੱਲ ਪ੍ਰਗਟ ਹੋ ਗਈ, ਜੋ ਮਨ ਦੀ ਗੱਲ ਹੈ ਅਰਦਾਸ ਵੇਲੇ ਪ੍ਰਗਟ ਹੁੰਦੀ ਹੈ ਸਾਡੇ। ਸਿੱਖੀ ਤੋਂ ਨਹੀਂ ਕੁਛ ਲੈਣਾ ਦੇਣਾ ਕਿਸੇ ਨੇ, ਅਰਦਾਸ 'ਚ ਗੱਲ ਸਾਰੀ ਅੰਦਰਲੀ ਅੰਦਰਲੀ ਗੱਲ ਅਰਦਾਸ 'ਚ ਪ੍ਰਗਟ ਹੁੰਦੀ ਹੈ ਵੀ ਸਿੱਖ ਕਿਹੋ ਜਿਹੇ ਨੇ, ਕੀ ਚਾਹੁੰਦੇ ਨੇ, ਜਿਹੜੇ ਚਾਹੁੰਦੇ ਹੀ ਉਹ ਕੁਛ ਨੇ ਜੋ ਅਰਦਾਸ 'ਚ ਮੰਗਦੇ ਨੇ, ਉਹ ਸਿੱਖ ਗੁਰਮਤ ਤੋਂ ਵਿਰੁੱਧ ਆ ਉਹ ਸਾਰਾ ਕੁਛ ਹੀ, ਗੁਰ ਸਾਰਾ ਕੁਛ ਪੰਡਤ ਵਾਲਾ ਹੀ ਆ ਉਹ। ਜਾਣੀ ਜਾਣੀ ਨੇ ਰਾਜਾ ਰਾਮ ਕੀ ਕਹਾਣੀ, ਰਾਜਾ ਰਾਮ ਕੀ ਕਹਾਣੀ ਜਿਹਨੇ ਜਾਣ ਲਈ ਉਹਦੀ ਅਰਦਾਸ ਬਦਲ ਜਾਂਦੀ ਹੈ, ਉਹਦੀ ਉਹ ਅਰਦਾਸ ਨਹੀਂ ਰਹਿੰਦੀ। ਉਹਦੀ ਕੀ ਅਰਦਾਸ ਹੈ? ਸੱਤ ਸੰਤੋਖ ਦੀ ਅਰਦਾਸ ਉਹਦੀ, ਕਿਉਂਕਿ ਸੱਤ ਸੰਤੋਖ ਦੀ ਵਿਚਾਰਧਾਰਾ, ਮੈਨੂੰ ਉਹ ਸੰਤੋਖ ਮਿਲੇ ਜਿਹੜਾ ਟੁੱਟੇ ਹੀ ਨਾ ਕਿਸੇ ਕੀਮਤ 'ਤੇ। ਸੱਤ ਸੰਤੋਖ ਉਹਨੂੰ ਕਹਿੰਦੇ ਨੇ, ਅਕੱਟ ਸੰਤੋਖ, ਅਟੁੱਟ ਸੰਤੋਖ, ਸੱਤ ਹਮੇਸ਼ਾ ਰਹਿਣ ਵਾਲਾ ਸੰਤੋਖ, ਸਦੀਵੀ ਸੰਤੋਖ, ਇੱਕੋ ਹੀ ਚੀਜ਼ ਹੈ। ਸੱਤ ਸੰਤੋਖ ਦੋ ਨਹੀਂ ਹਨ, ਜਿਹੜੇ ਦੋ ਸਮਝਦੇ ਨੇ ਬੁੱਧੀਹੀਨ, ਫਿਰ ਤਾਂ ਸਤਨਾਮ ਵੀ ਦੋ ਬਣ ਜਾਣਗੇ। ਸਤਨਾਮ ਦੋ ਨਹੀਂ, ਸੱਤ ਔਰ ਨਾਮ ਦੋ ਨਹੀਂ ਬਣਗੇ, ਪਰ ਉਹ ਤਾਂ ਇੱਕ ਹੈ ਸਤਨਾਮ, ਸਤਨਾਮ ਨਾਲ ਇਹ ਕਰਨ ਲੱਗਿਆ ਹੈ, ਕਰਤੇ ਪੁਰਖ ਨਾਲ ਇਹ ਕਰ, ਕਰਤਾ ਪੁਰਖ ਦੋ ਹੋ ਜਾਣਗੇ ਫਿਰ, ਇਵੇਂ ਸੱਤ ਸੰਤੋਖ ਵੀ ਇੱਕੋ ਹੀ ਨੇ। ਸੱਤ ਸੰਤੋਖ ਹੋਵੇ ਅਰਦਾਸ ਤਾਂ ਸੁਣ ਸੱਤ ਬਾਹਲੇ ਪਾਸ, ਉਹ ਸੰਤੋਖ ਸੱਤ ਸੰਤੋਖ ਦੀ ਅਰਦਾਸ ਤੋਂ ਬਿਨਾਂ ਕੋਈ ਅਰਦਾਸ ਦਰਗਾਹ ਸੁਣੀਓ ਨਹੀਂ ਜਾਂਦੀ। ਪੜ੍ਹਾ ਤਾਂ ਸੱਤ ਸੰਤੋਖ ਦੀ ਪਾਠ ਰਿਹਾ, ਗੁਰਬਾਣੀ ਸੱਤ ਸੰਤੋਖ ਦੀ ਵਿਚਾਰ ਹੈ ਨਾ, ਟੀਚਰ ਦਾ ਸੱਤ ਸੰਤੋਖ ਦਾ ਪਾਠ ਪੜ੍ਹਾ ਰਿਹਾ, ਤੂੰ ਕੋਈ ਹੋਰ ਇੱਕ ਚੀਜ਼ ਪੁੱਛਦਾ ਉਹ ਕਸ ਨੂੰ ਸੁਣੂ ਤੇਰੀ, ਜੋ ਉਹਦਾ ਵਿਸ਼ਾ ਹੀ ਨਹੀਂ ਹੈ। ਮਾਇਆ ਦਾ ਪਾਠ ਪੜ੍ਹਾਇਆ ਗੁਰਬਾਣੀ 'ਚ, ਮਾਇਆ ਕਾਹਦੇ ਮੰਗਦੇ ਉੱਥੇ ਜਾ ਕੇ? ਨਾਨਕ ਦੇ ਘਰ ਹੈ ਹੀ ਨਹੀਂ ਹੋਰ ਕੋਈ ਨਾਮ ਦੇ ਬਿਨਾਂ, ਨਾਨਕ ਕੇ ਕਰਕੇ ਬਲ ਨਾਮ, ਤੁਸੀਂ ਨਾਨਕ ਦੇ ਘਰ 'ਤੇ ਹੋਰ ਕੋਈ ਮੰਗਦੇ ਹੋ? ਇਹ ਮੰਗਦੇ ਨੇ ਨਾਨਕ ਦੇ ਘਰ 'ਤੇ ਵੇਖ, ਜਾ ਕੇ ਵੇਖ, ਵੇਖੋ ਤਾਂ ਹੈ ਨਹੀਂ, ਜੋ ਕੋਈ ਮੰਗਦੇ ਨੇ ਵੇਖ ਹੈ। ਨਾਨਕ ਨੇ ਤਾਂ ਵਿਖ ਝਾੜੂ ਮਾਰ ਕੇ ਸਭ ਬਾਹਰ ਸੁੱਟਤੀ, ਬਾਹਰ ਪਈ ਆ ਉਹ ਬਾਹਰੋਂ ਲੈ ਲਓ, ਰੇਸ ਲੱਗੀ ਆ ਬਾਹਰ, ਬਾਹਰੋਂ ਲੈਂਦੇ ਨੇ ਲੋਕ ਜਾ ਕੇ, ਗੁਰੂ ਘਰ 'ਚੋਂ ਨਹੀਂ ਇਹ ਚੀਜ਼ਾਂ ਮਿਲਦੀਆਂ ਹਨ। ਇੱਥੋਂ ਸੱਤ ਸੰਤੋਖ ਮਿਲਦਾ ਜੇ ਕਿਸੇ ਨੇ ਲੈਣਾ, ਉਹੀ ਪਾਇਆ ਹੋਇਆ ਥਾਲ ਦੇ ਵਿੱਚ, ਸੱਤ ਸੰਤੋਖ ਵਿਚਾਰੋ, ਸੱਤ ਸੰਤੋਖ ਦੀ ਵਿਚਾਰ ਨੂੰ ਹੀ ਅੰਮ੍ਰਿਤ ਨਾਮ ਕਹਿੰਦੇ ਨੇ। ਅੰਮ੍ਰਿਤ ਨਾਮ ਵਾਲਾ ਨਾਮ ਗਿਆਨ, ਗਿਆਨ ਹੀ ਸੰਤੋਖ ਦਾ ਅਸਲ ਰੂਪ ਹੈ, ਗਿਆਨ ਕਾ ਵੱਧਾ ਮੰਨ ਲਓ, ਗਿਆਨ ਹੀ ਸੰਤੋਖ ਹੈ। ਉਹ ਸੰਤੋਖ ਜਿਹੜਾ ਮਾਇਆ, ਉਹ ਗਿਆਨ ਜਿਹੜਾ ਮਾਇਆ ਦੀ ਭੁੱਖ ਅੰਦਰੋਂ ਖੋਦਵੇ, ਜਿਹੜਾ ਮਾਇਆ ਦੀ ਭੁੱਖ ਖੋਦਵੇ ਅੰਦਰੋਂ ਨਾ, ਖਤਮ ਕਰ ਦੇਵੇ, ਨਸ਼ਟ ਕਰ ਦੇਵੇ, ਉਹ ਗਿਆਨ ਸੱਤ ਸੰਤੋਖ ਦੀ ਵਿਚਾਰਧਾਰਾ ਉਹ ਗੁਰਬਾਣੀ 'ਚ ਹੈ। ਫਿਰ ਮਨ ਡੋਲਦਾ ਨਹੀਂ ਹੈ, ਫਿਰ ਟਿਕਦਾ, ਬੋਲਣਾ ਮਨ ਟਿਕਦਾ ਹੀ ਨਹੀਂ ਹੈ, ਮਨ ਨਹੀਂ ਟਿਕ ਸਕਦਾ। ਇਹ ਰਾਜਾ ਰਾਮ ਕੀ ਕਹਾਣੀ ਬੁੱਝੇ ਦੇ ਬਿਨਾਂ ਇਹ ਗੱਲ ਦਾ ਪਤਾ ਨਹੀਂ ਲੱਗਦਾ, ਗੁਰਬਾਣੀ ਸਾਹਿਬ ਰਾਜਾ ਰਾਮ ਕੀ ਕਹਾਣੀ ਹੋ। ਅੰਤਰ ਗਿਆਨ ਰਾਮ ਪ੍ਰਗਾਸਾ ਤਾਂ ਗੁਰਮੁਖ ਵਿਰਲੇ ਜਾਣੀ, ਜਦੋਂ ਗੁਰਬਾਣੀ ਦੀ ਸਮਝ ਆ ਗਈ ਨਾ, ਤਿੰਨ ਲੋਕ ਦਾ ਗਿਆਨ ਹੋ ਗਿਆ, ਇਹ ਤਿੰਨ ਲੋਕ ਦਾ ਗਿਆਨ ਹੈ ਗੁਰਬਾਣੀ। ਜਿਹਨੂੰ ਰਾਜਾ ਰਾਮ ਕੀ ਕਹਾਣੀ ਸਮਝ ਆ ਗਈ, ਤਿੰਨੇ ਲੋਕ ਦਾ ਗਿਆਨ ਹੋ ਜਾਂਦਾ, ਤਿੰਨ ਲੋਕ ਦੇ ਗਿਆਨ ਦੀਆਂ ਗੱਪਾਂ ਮਾਰਦੇ ਨੇ ਸੰਤ, ਕੋਈ ਦੱਸੇ ਤਾਂ ਸਹੀ ਤਿੰਨ ਲੋਕ ਦਾ ਗਿਆਨ ਹੁੰਦਾ ਕੀ ਹੈ।
ਗੁਰਬਾਣੀ ਦੀ ਵਿਆਖਿਆ ਜਿਹਨੇ ਸਮਝ ਲਈ ਤਿੰਨ ਲੋਕ ਦਾ ਗਿਆਨ ਹੈ, ਸਮਝ ਆ ਗਿਆ। ਗੁਰਬਾਣੀ ਜਿਹੀ ਤਿੰਨ ਲੋਕ ਦਾ ਗਿਆਨ, ਕਬੀਰ ਨੇ ਕਹਿ ਤਾ ਤਿੰਨ ਲੋਕ ਦਾ ਗਿਆਨ ਹੈ। ਜਿਹਨੂੰ ਇਹ ਸਮਝ ਆ ਗਈ ਗੁਰਬਾਣੀ, ਤਿੰਨ ਲੋਕ ਦਾ ਗਿਆਨ ਵੀ ਸਮਝ ਆ ਗਿਆ, ਰਾਜਾ ਰਾਮ ਦੀ ਕਹਾਣੀ ਵੀ ਸਮਝ ਆ ਗਈ। ਕਿਉਂ ਰਾਜਾ ਰਾਮ ਤਿੰਨ ਲੋਕ ਜੇ ਫਿਰਦਾ, ਚੌਥੇ ਲੋਕ 'ਚ ਨਹੀਂ ਹੁੰਦਾ ਹੈ, ਚੌਥੇ ਲੋਕ ਦਾ ਪਾਰਬ੍ਰਹਮ ਬਣ ਜਾਂਦਾ ਹੈ ਫਿਰ ਜਾ ਕੇ। ਬੀਜ ਰੂਪ ਸੰਸਾਰ 'ਚ ਹੈ, ਜਿੰਨਾ ਚਿਰ ਬੀਜ ਰੂਪ ਹੈ ਸੰਸਾਰ 'ਚ ਹੈ, ਸੋਝੀ ਕੋਈ ਨਹੀਂ। ਜਾਂ ਰਾਜਾ ਰਾਮ ਦੀ ਕਹਾਣੀ ਇਹਨੇ ਜਾਣ ਲਈ, ਫਿਰ ਸੰਸਾਰ ਦੇ ਪਰੇ ਹੋ ਗਿਆ, ਫਿਰ ਸੰਸਾਰ ਦੇ ਵਿੱਚ ਰਹਿੰਦਾ ਹੋਇਆ ਵੀ ਮਾਇਆ ਵਿੱਚ ਉਦਾਸੀ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਗੁਰਮੁਖ ਹੈ ਨਾ ਹੋ ਅੰਤਰ ਗਿਆਨ ਰਾਮ ਪ੍ਰਕਾਸ਼ਾ, ਕਹਿੰਦੇ ਗੁਰਮੁਖ ਵੇਲੇ ਜਾਣੀ, ਗੁਰਮੁਖ ਵੇਲੇ ਜਾਣੀ ਹੈ ਨਾ, ਗੁਰਮੁਖ ਵੇਲੇ ਜਾਣੀ ਹੈ ਨਾ, ਗੁਰਮੁਖ ਮਾਇਆ ਵਿੱਚ ਉਦਾਸੀ ਹੈ। ਫਿਰ ਗੁਰਮੁਖ ਕਿੱਥੇ, ਸੰਸਾਰ 'ਚ ਰਹਿੰਦਾ ਹੋਇਆ ਵੀ ਸੰਸਾਰ ਤੇ ਪਰੇ ਹੈ। ਜਿਹੜਾ ਸੰਸਾਰ ਤੇ ਪਰੇ ਹੈ ਉਹ ਸੰਸਾਰ ਸਾਰਾ ਸਮਝ ਕੇ ਪਰੇ ਹੋਇਆ, ਉੱਚਾ ਉੱਠ ਗਿਆ, ਉਹ ਨੀਵੇਂ ਸੰਸਾਰ ਦਾ ਸਾਰਾ ਗਿਆਨ ਉਹਦੇ ਕੋਲ ਹੁੰਦਾ। ਉੱਚੇ ਤਾਂ ਹੋਣਾ ਜਿਹੜਾ ਐਮ ਏ ਕਰ ਗਿਆ, ਉਹਨੂੰ ਐਮ ਏ ਤੱਕ ਦਾ ਗਿਆਨ ਹੈਗਾ ਹੀ ਹੈ, ਅੱਗੇ ਫਿਰ ਚੱਲਿਆ ਨਾ ਫਿਲ ਕਰਨ, ਐਮ ਡੀ ਕਰ, ਅੱਗੇ ਚੱਲਿਆ ਫਿਰ ਉਹ ਪੀ ਐਚ ਡੀ ਕਰਨ, ਥੱਲੇ ਵਾਲਾ ਗਿਆਨ ਤਾਂ ਉਹਦੇ ਕੋਲ ਹੈਗਾ। ਜੋ ਕੁਝ ਅੱਜ ਤੱਕ ਗੁਰਮਤਿ ਦੇ ਵਾਸਤੇ ਟੀਕੇ ਲਿਖੇ ਗਏ ਜਾਂ ਕਿਹਾ ਗਿਆ ਅੱਜ ਤੱਕ, ਇੱਕ ਗੱਲ ਵੀ ਗੁਰਬਾਣੀ ਨਾਲ ਮੇਲ ਨਹੀਂ ਖਾਂਦੀ, ਕਿਸੇ ਦੀ ਵੀ ਇੱਕ ਗੱਲ ਨਹੀਂ ਮੇਲ ਖਾਂਦੀ। ਨਾ ਜਿਹੜੇ ਟੀਕੇ ਲਿਖੇ ਨਾ ਕਿਤਾਬਾਂ ਲਿਖੀਆਂ ਉਹਨਾਂ ਦੀ ਗੱਲ, ਕਿਉਂਕਿ ਵਿਦਵਾਨ ਜੋ ਹੈ ਉਹ ਵਿਦਵਾਨਾਂ ਦੇ ਵਸ ਦੀ ਗੱਲ ਨਹੀਂ ਹੈ, ਇਹ ਗੁਰਮੁਖਾਂ ਦੇ ਹਿੱਸੇ 'ਚ ਆਈ ਹੋਈ। ਅੰਤਰ ਗਿਆਨ ਜੋਤ ਪ੍ਰਗਸ, ਅੰਤਰ ਜੋ ਜੋਤ ਰਾਮ ਪ੍ਰਗਾਸਾ ਦੀ ਜੇ ਹੈ ਤਾਂ ਗੁਰਬਾਣੀ ਦੀ ਸਮਝ ਨਹੀਂ ਆ ਸਕਦੀ, ਇਹ ਰਾਮ ਰਾਜਾ ਰਾਮ ਦੀ ਕਹਾਣੀ ਨਹੀਂ ਬੁੱਝੀ ਜਾ ਸਕਦੀ। ਇਹ ਕਿਵੇਂ ਹੁੰਦੀ, ਇਹ ਗੁਰਬਾਣੀ ਤੋਂ ਪੜ੍ਹਦੇ ਫਿਰ ਹੋ ਜਾਂਦੀ, ਗੁਰਬਾਣੀ ਨੂੰ ਗੁਰੂ ਮੰਨ ਕੇ ਇਹ ਤੋਂ ਪੜ੍ਹਦੇ ਫਿਰ ਸਮਝ 'ਚ ਆ ਜਾਂਦੀ, ਉਹ ਕਹਾਣੀ ਇਹਦੇ ਵਿੱਚ ਹੀ ਹੈ ਨਾ। ਗੁਰਬਾਣੀ ਨੂੰ ਜਿਨ੍ਹਾਂ ਨੇ ਪੜ੍ਹਿਆ ਉਹਨਾਂ ਨੇ ਰਾਜਾ ਰਾਮ ਪਹਿਲਾਂ ਹੀ ਦਿਮਾਗ ਸੀਗਾ, ਉਹ ਪੜ੍ਹ ਲਿਆ, ਉਹਦੇ ਨਾਲ ਅਰਥ ਲਾ ਲਏ, ਗੁਰਬਾਣੀ ਨੂੰ ਪੜ੍ਹਿਆ ਨਾ। ਜੇ ਗੁਰਬਾਣੀ ਤੋਂ ਪੜ੍ਹਦੇ ਰਾਜਾ ਰਾਮ ਹੋਰ ਹੈ, ਜੇ ਗੁਰਬਾਣੀ ਨੂੰ ਪੜ੍ਹਦੇ ਰਾਜਾ ਰਾਮ ਰਮਾਇਣ ਵਾਲਾ, ਉਹ ਤਾਂ ਪਹਿਲਾਂ ਦਿਮਾਗ ਚੱਲਦਿਆ ਹੋਇਆ ਉਹਨਾਂ ਦੇ। ਗੁਰਬਾਣੀ ਤੋਂ ਪੜ੍ਹਦੇ ਰਾਜਾ ਰਾਮ ਬਦਲ ਜਾਂਦਾ, ਫਿਰ ਤਾਂ ਹੋਰ ਹੁੰਦਾ ਰਾਜਾ ਰਾਮ, ਉਹ ਨਹੀਂ ਰਹਿਣਾ ਸੀ। ਹਾਂਜੀ, ਭਵਰ ਏਕ ਇੱਕ ਤਾਂ ਭਵਰ ਹੈ, ਇੱਕ ਫੁੱਲ ਹੈ, ਫੁੱਲ 'ਚ ਰਸ ਵੀ ਹੈ, ਭੌਰ ਆ ਫੁੱਲ ਟੋਲਦਾ ਫਿਰਦਾ। ਭਵਰ ਏਕ ਪੋਪ ਰਸ ਵਿਧਾ, ਪੋਪ ਫੁੱਲ ਨੂੰ ਕਹਿੰਦੇ ਨੇ, ਪੋਪ ਦੇ ਵਿੱਚ ਮਕਰੰਦ ਹੈ, ਫੁੱਲ ਦੇ ਵਿੱਚ ਜਿਹੜਾ ਰਸ ਹੁੰਦਾ ਨਾ ਉਹਨੂੰ ਮਕਰੰਦ ਕਹਿੰਦੇ ਨੇ। ਹਰ ਚਰਨ ਕਮਲ ਮਕਰੰਦ ਲੋਭਿਤ ਮਨੋ, ਭਵਰੇ ਨੂੰ ਮਨ ਨੂੰ ਲੋਭ ਹੈ, ਲੋਭੀ ਹੈ ਨਾ ਭਵਰਾ, ਟੋਲਦਾ ਫਿਰਦਾ। ਪਹਿਲਾਂ ਦੇਖੋ ਭੌਰਾ ਫੁੱਲ ਟੋਲਦਾ ਫਿਰਦਾ ਹੁੰਦਾ, ਪਰ ਇੱਕ ਐਸਾ ਵੀ ਭੌਰਾ ਸੀ, ਫੁੱਲ ਸੀ ਜਿਹੜਾ ਭੌਰਾ ਟੋਲਦਾ ਫਿਰਦਾ ਸੀ, ਉਹਦੀ ਨਾਨਕ, ਨਾਨਕ ਦੇ ਹਿਰਦੇ 'ਚ ਫੁੱਲ ਖਿੜਿਆ ਸੀ, ਉਹ ਭੌਰਾ ਟੋਲਦਾ ਫਿਰਦਾ ਸੀ। ਕੋਈ ਭੌਰਾ ਹੋਵੇ, ਦਸਾਂ ਦਸ਼ਾਵਾਂ ਢੂੰਡ ਲਿਆ ਕਿਤੇ ਨਹੀਂ ਮਿਲਿਆ, ਜਾਂ ਮਿਲਿਆ ਤਾਂ ਘਰੇ ਆ ਕੇ ਮਿਲਿਆ, ਡੈ ਦਿਸ ਢੂੰਡ ਘਰ ਹੀ ਮੈਂ ਪਾਇਆ, ਮੇਲ ਪਿਆ ਸਤਿਗੁਰੂ ਬੁਲਾਇਆ। ਲੈਣਾ ਭੌਰਾ ਸੀ, ਬੈਠ ਗਿਆ ਫੁੱਲ ਤੇ ਉੱਠਿਆ ਹੀ ਨਹੀਂ, ਛੱਡਿਆ ਹੀ ਨਹੀਂ, ਜਾਂ ਜੁੜ ਗਿਆ ਫੁੱਲ ਨਾਲ ਛੱਡਿਆ ਹੀ ਨਹੀਂ, ਘਰ ਛੱਡਤਾ, ਪਰਿਵਾਰ ਛੱਡਤਾ, ਫੁੱਲ ਨਹੀਂ ਛੱਡਿਆ। ਫਿਰ ਨਹੀਂ ਛੱਡਿਆ ਫੁੱਲ, ਜਿਹੜੇ ਪਹਿਲੇ ਨਾਲ ਰਹਿੰਦੇ ਸੀ ਉਹਨਾਂ ਦੀ ਅਵਸਥਾ ਨਹੀਂ ਸੀ, ਉਹਨਾਂ 'ਚ ਉਹ ਭੁੱਖ ਨਹੀਂ ਸੀ, ਉਹਨਾਂ ਨੂੰ ਜਾਂ ਫੁੱਲ ਦੀ ਪਛਾਣ ਨਹੀਂ ਸੀ, ਜਾਂ ਉਹਨਾਂ 'ਚ ਜੋ ਭੌਰੇ ਵਾਲੀ ਅਵਸਥਾ ਪੈਦਾ ਨਹੀਂ ਸੀ ਹੋਈ। ਪਹਿਲੇ ਵੀ ਸੀ ਨਾਲ, ਉਹਨਾਂ 'ਚ ਅਵਸਥਾ ਨਹੀਂ ਪੈਦਾ ਹੋਈ, ਉਹ ਭੁੱਖ ਨਹੀਂ ਜਾਗੀ ਸੀ,
ਉਧਰ ਦਾ ਫੁੱਲ ਦੇ ਵਿੱਚ ਮਗਲਾਂ ਦਾ ਰਸ ਹੈ ਤੇ ਉਧਰ ਭੋਰਾ ਹੋਵੇ ਤਾਂ ਗੱਲ ਬਣਦੀ ਹੈ। ਦੋ ਮਿਲ ਕਾਰਜ ਉਪਜਾ ਨਦੀ ਨਾਮ ਸੰਯੋਗ, ਤੇ ਕਿਸ਼ਤੀ ਹੋਵੇ ਨਦੀ 'ਚ ਪਾਣੀ ਨਾ ਹੋਵੇ ਕਿਸ਼ਤੀ ਚੱਲੂਗੀ, ਬਸ ਫਿਰ ਜੇ ਨਦੀ 'ਚ ਪਾਣੀ ਹੋਵੇ ਕਿਸ਼ਤੀ ਨਾ ਹੋਵੇ ਫਿਰ ਵੀ ਨਹੀਂ ਚੱਲਦੀ। ਭੋਰਾ ਹੋਵੇ ਫੁੱਲ ਦੇ ਵਿੱਚ ਕਿਸੇ ਰਸ ਨਾ ਮਿਲੇ ਤਾਂ ਕੀ ਕਰੂਗਾ, ਪਿਆਸਾ ਰਹਿ ਜੂ ਨਾ। ਭੋਰਾ ਬਬੀਹਾ ਗਿਆ ਇਹ, ਉੱਧਰ ਬਬੀਹਾ ਗਿਆ ਇੱਥੇ ਭੋਰਾ ਕਹਿਤਾ ਕਿ ਫੁੱਲ ਕੇ ਆਉਣਾ ਇੱਥੇ। ਜੇ ਬਬੀਹਾ ਕਹਾਂਗੇ ਤਾਂ ਮਹਿੰਗਾ ਕਹਾਂਗੇ, ਫੁੱਲ ਨਹੀਂ ਕਹਿੰਦੇ ਫਿਰ, ਫਿਰ ਮਹਿੰਗਾ ਉਹ। ਜੇ ਫੁੱਲ ਕਹਾਂਗੇ ਫਿਰ ਭੋਰਾ ਕਹਾਂਗੇ। ਜਗਿਆਸੂ ਭੋਰਾ, ਉਹ ਲੈਣ ਵਾਲਾ ਭੋਰਾ ਹੈ, ਦੇਣ ਵਾਲਾ ਫੁੱਲ ਹੈ। ਹਿਰਦੇ ਕਮਲ ਪ੍ਰਗਾਸਿਆ ਹੋਇਆ, ਕਮਲ ਹਿਰਦੇ ਜਿਹੜਾ ਪ੍ਰਗਾਸਿਆ ਹੋਇਆ ਉਹੀ ਤਾਂ ਫੁੱਲ ਹੈ। ਹਾਂਜੀ, ਭਵਰ ਏਕ ਪੋਹ ਪਰਸ ਵਿਧਾ ਬਾਰਹਿ ਲੈ ਔਰ ਬਾਰਹਿ ਲੈ ਔਰ ਧਰਿਆ, ਉਹਦੀ ਸੰਗਤ ਕਰਕੇ ਬਾਦ ਆਮਦਾ ਨਾਲ, ਬਾਦ ਅਰਥ ਬਾਰਾਂ ਬਣਾਤਾ ਇਹਦਾ, ਬਾਰਾਂ ਦਾ ਅਰਥ ਬਾਰਾਂ ਬਣਾਤਾ। ਟਵੈਲਵ ਵਿਦਵਾਨਾਂ ਨੇ, ਵਿਦਵਾਨਾਂ ਦੀ ਬੁੱਧੀ ਇੰਨੀ ਹੁੰਦੀ ਕਿੱਥੇ, ਪੜ੍ਹਦੇ ਨੇ ਬਣਾਤਾ, ਅੱਖਾਂ ਮੀਚ ਕੇ ਦੱਬੀ ਜਾਂਦੇ ਨੇ ਸਾਰੇ, ਇਹਦਾ ਅਰਥ ਕੀ ਬਣਿਆ ਫਿਰ। ਉਹ ਜੇ ਉਹਦੇ ਦੇ ਨਾਲ ਜੁੜੂਗਾ ਪੌਰਾ ਤਾਂ ਹੀ ਰਸ ਲਊਗਾ। ਬਾਰਾਂ ਟੋਟੇ ਫੁੱਟ ਦੇ ਗਲੇ ਨੇ, ਪੌਰੇ ਦੇ ਗਲੇ ਨੇ ਉਹਨਾਂ ਨੇ, ਬਾਰਾਂ ਕਿੱਥੋਂ ਆਵੜਿਆ ਇੱਥੇ। ਬਾਹ ਉਰਦੂ ਦਾ ਲੱਭਦਾ ਹੈ, ਬਾਹ ਬੁਸ਼ਕਤ, ਬਾਹ ਬੁਲਾਹਦਾ, ਬਾਹ ਦਾ ਮਤਲਬ ਹੈ ਨਾਲ ਸੰਗ ਕਰਕੇ, ਵਿਦ ਬਾਹਰ ਹੈ ਉਹਦੇ ਨਾਲ ਰਹਿ ਕੇ ਉਹਦੀ ਸੰਗਤ ਕਰਕੇ। ਲੈ ਉਹ ਧਰਿਆ, ਉਹ ਫੁੱਲ ਦਾ ਰਸ ਆਪਣੇ ਅੰਦਰ ਧਰ ਲਿਆ, ਖਿੱਚ ਲਿਆ ਉੱਥੋਂ, ਭੌਰੇ ਨੇ ਰਸ ਚੂਸ ਲਿਆ। ਜੇ ਫੁੱਲ ਦੇ ਬੈਠੂ ਤਾਂ ਹੀ ਚੂਸੂ, ਫੁੱਲ ਦੀ ਸੰਗਤ ਕਰੂ ਤਾਂ ਹੀ ਚੂਸੂ। ਲੈਣਾ ਜੇ ਘਰ ਨੂੰ ਚਲਿਆ ਜਾਂਦਾ ਫਿਰ ਫੁੱਲ ਦਾ ਰਸ ਨਹੀਂ ਲੈ ਸਕਦਾ, ਦੂਰ ਬੈਠ ਕੇ ਨਹੀਂ ਲੈ ਹੁੰਦਾ ਰਸ ਫੁੱਲ ਦਾ, ਵੀ ਦੇਖ ਕੇ ਚਲਿਆ ਜਾ, ਮੈਂ ਘਰ ਬਹਿ ਕੇ ਲੈ ਲੂੰ ਰਸ। ਮਾੜਾ ਵਾਲੇ ਤਾਂ ਐਵੇਂ ਕਰਦੇ ਨੇ, ਮਾੜਾ ਲੈ ਜਾ ਘਰ ਬੈਠ ਕੇ ਰਸ ਲੈ ਲਈ, ਰਸ ਕਾਜੋ ਲੈਣਾ, ਮਾੜਾ ਚੋ ਲੈਣਾ, ਕਾਜੋ ਲੈਣਾ। ਉਹਦੀ ਸੰਗਤ ਕੀਤੀ, ਜੋ ਗਿਆਨ ਕੋਲ ਸੀ ਸਾਰਾ ਹੀ ਲੈ ਲਿਆ, ਸਾਰਾ ਹੀ ਦੇ ਦਿੱਤਾ, ਇੰਜੈਕਟ ਕਰਤਾ, ਇੰਜੈਕਸ਼ਨ ਲਾਤਾ ਉੱਧਰ, ਡਾਕਟਰ ਕੋਲ ਜਾਵਾਂਗੇ ਤਾਂ ਇੰਜੈਕਸ਼ਨ ਲਾਊਗਾ। ਬਾਹਰ ਹੈ ਲੈ ਉਰ ਧਰਿਆ, ਉਰ ਹੁੰਦਾ ਹਿਰਦੇ ਵਿੱਚ ਧਾਰਨ ਕਰ ਲਿਆ, ਉਰ ਵਿੱਚ ਧਾਰਨ ਕੀਤਾ, ਪੇਟ ਵਿੱਚ ਨਹੀਂ ਕੀਤਾ। ਜਿਹੜੇ ਵਾਹਿਗੁਰੂ ਸਾਹ ਨਾਲ ਖਿੱਚਦੇ ਨੇ ਪੇਟ 'ਚ ਜਾਂਦਾ, ਹਿਰਦੇ 'ਚ ਨਹੀਂ ਜਾਂਦਾ। ਭਵਰ ਏਕ ਪੋਹ ਪਰਸ ਵਿਧਾ ਬਾਹਰ ਲੈ, ਬਾਹਰ ਲੈ ਉਰ ਧਰਿਆ, ਉਹਦੀ ਸੰਗਤ ਕਰਕੇ ਨਾ। ਬਾਹਰ ਦਾ ਮਤਲਬ ਹੈ ਨਾਲ ਰਹਿ ਕੇ ਆਪਣੇ ਹਿਰਦੇ 'ਚ ਉਹ ਸਾਰਾ ਰਸ ਸੀ ਜਿਹੜਾ ਗਿਆਨ ਸੀ ਉਹ ਪ੍ਰਾਪਤ ਕਰ ਲਿਆ, ਸਮਝ ਲਿਆ। ਹਾਂਜੀ, ਸੋ ਰਹਿ ਮੱਧੇ ਪਵਨ ਚ ਹੋਇਆ, ਸੁੱਤਾ ਪਿਆ ਸੀ ਨਾ, ਜਿਹੜਾ ਸੁੱਤਾ ਪਿਆ ਸੀ ਨਾ, ਸੁਪਨੇ ਜੋ ਸੰਸਾਰ ਸੀ ਨਾ, ਸੁਪਨਾ ਦੇਖ ਰਿਹਾ ਸੀ ਨਾ, ਲੈਣਾ ਸੁਪਨਾ ਕਾਹਦਾ ਦੇਖ ਰਿਹਾ ਸੀ, ਮੂਰਤੀ ਦੇ ਦਰਸ਼ਨ ਹੋਣਗੇ, ਸੁੱਤਾ ਹੀ ਪਿਆ ਸੀ, ਮੂਰਤੀ ਦੇ ਦਰਸ਼ਨ ਕਿਵੇਂ ਹੋ ਜਾਣਗੇ। ਨਾਲੇ ਕਹਿੰਦੇ ਜਿਹਦੇ ਦਰਸ਼ਨ ਕਰਨੇ ਤੇਰੇ ਅੰਦਰ ਹੈ, ਇਹ ਵੀ ਬੰਦਾ ਸੀ ਉਹ ਵੀ ਹਾਂ ਕਹਿੰਦੇ ਨੇ, ਫਿਰ ਉੱਥੇ ਕੀ ਕਰ ਚੱਲਿਆ ਮੂਰਤੀ ਕੋਲ, ਇਹ ਕੰਮ ਕਰ ਚੱਲਿਆ ਸੀ ਸਵਾਮੀ ਰਾਮਾਨੰਦ, ਥਾਲੀ ਲੈ ਕੇ ਚੱਲਿਆ ਸੀ ਨਾ ਪੂਜਾ ਕਰਨ। ਜਦ ਕਹਿੰਦਾ ਗੁਰ ਬ੍ਰਹਮ ਬਤਾਇਓ ਮਨ ਹੈ ਮਾਹੇ, ਥਾਲੀ ਰੱਖਤੀ, ਉਹ ਮਨ ਵਿੱਚ ਹੀ ਹੈ ਸਭ ਕੁਛ। ਜੇ ਕਾਰਨ ਤੂੰ ਬਾਂਗ ਦੇ ਦਲੀ ਪੀਤਲ ਸੋਏ, ਉਹ ਜਿਹਦੇ ਖਾਤਰ ਕਾਜੀ ਨੂੰ ਕਹਿੰਦਾ ਬਾਂਗ ਦਿੰਦਾ, ਉਹ ਤਾਂ ਤੇਰੇ ਅੰਦਰ ਹੈ, ਸਾਰੇ ਹੀ ਮੰਨਦੇ ਨੇ ਅੰਦਰ ਹੈ, ਟੋੜਦੇ ਪਤੰਦਰ ਬਾਹਰੋਂ ਹੀ ਨੇ, ਫਿਰ ਵੀ ਬਾਹਰੋਂ ਟੋੜਨ ਦੇ ਨਹੀਂ ਹਟਦੇ, ਮੰਨਦੇ ਸਾਰੇ ਹੀ ਅੰਦਰ ਨੇ। ਆ ਦੁਬਦਾ ਇਹਨੂੰ ਕਹਿੰਦੇ ਨੇ ਦੁਬਦਾ, ਦੋਵੇਂ ਸੋਚਾਂ ਮੰਨਦੇ ਨੇ ਅੰਦਰ ਹੈ, ਟੋੜਦੇ ਨੇ ਬਾਹਰੋਂ।
ਦੁਬਦਾ ਵਿਆਪਾ ਰੋਗ ਦੁਬਦਾ ਨਾਲ ਲੋਭ ਮੋਹ ਕਾਮ ਕਰੋ ਇਹ ਵਧੀ ਜਾਂਦੇ ਨੇ ਸਭ ਦੁਬਦਾ ਨਾ ਆਪਣੀ ਗੱਲ ਨੂੰ ਆਪੇ ਘਟਤਾ ਖੜੇ ਕਿਸੇ ਗੱਲ ਤੇ ਵਧੀ ਹਾਂਜੀ ਸੋ ਰਹੇ ਮੱਧੇ ਸੁੱਤਾ ਪਿਆ ਸਨ ਜਦ ਸੁੱਤੇ ਪਏ ਤਾਂ ਕੰਨ 'ਚ ਗੱਲ ਜਾਂਦੀ ਹੈ ਜਦੇ ਜਾਗ ਪੈਂਦਾ ਸੁੱਤਾ ਪਿਆ ਆਦਮੀ ਪਿਆ ਆਵਾਜ਼ ਮਾਰੀ ਉਹਨੂੰ ਜਾਗਣਾ ਹੀ ਉਹਨੇ ਪਵਨ ਜੋ ਮੂੰਹ ਦੀ ਆਵਾਜ਼ ਗਈ ਸੀ ਪਵਨ ਗਈ ਸੀ ਨਾ ਉਹ ਹੈ ਪਵਨ ਐਂ ਜਾਂਦੀ ਹੈ ਜਿਹੜੇ ਵਹਿਗੁਰੂ ਵਹਿਗੁਰੂ ਕਰਦੇ ਨੇ ਮੂੰਹ ਤਾਂ ਨਹੀਂ ਜਾਂਦਾ ਅੰਦਰ ਨੂੰ ਕੰਨਾਂ 'ਤੇ ਜਾਂਦਾ ਹੁੰਦਾ ਅੰਦਰ ਨੂੰ ਜਿੱਥੇ ਪਿਆ ਸੁੱਤਾ ਉਹ ਸਾਧਾ ਆਉਂਦਾ ਉਹਦਾ ਮਨ ਦੇ ਨਾਲ ਸਾਹ ਦੇ ਨਾਲ ਉਹਦੇ ਵਾਹਿਗੁਰੂ ਵਾਹਿਗੁਰੂ ਚੱਲਦਾ ਹੁੰਦਾ ਫਿਰ ਜਾਗਦਾ ਕਿਉਂ ਨਹੀਂ ਬਾਹਰੋਂ ਵਾਹਿਗੁਰੂ ਕਹਿੰਦੇ ਜੋਰ ਨਾਲ ਕੋਈ ਜਦੋਂ ਜਾਗ ਪਊਗਾ ਸੁੱਤਾ ਕਿੱਥੇ ਪਿਆ ਇਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਸੁੱਤਾ ਪੈਣ ਵਾਲਾ ਪੇਟ 'ਚ ਪਿਆ ਹੁੰਦਾ ਜਾਂ ਕਿੱਥੇ ਪਿਆ ਹੁੰਦਾ ਪਤਾ ਹੀ ਕੱਖ ਨਹੀਂ ਹੈਗਾ ਪੇਟ ਦਾ ਇਹਦੇ ਨਾਲ ਕੀ ਸੰਬੰਧ ਤਾਂ ਵਾਹਿਗੁਰੂ ਖਾ ਕੇ ਹਜ਼ਮ ਕਰ ਲੈਣ ਤੁਸੀਂ ਜੇ ਪੇਟ 'ਚ ਲੈ ਕੇ ਜਾਣਾ ਹਜ਼ਮ ਕਰ ਲਾਂਗਾ ਖਾ ਕੇ ਸੋ ਰਹੇ ਮੱਧੇ ਪਵਨ ਚਕੋਰਿਆ ਜਿਹੜੀ ਆਵਾਜ਼ ਗਈ ਨਾ ਕੰਨ 'ਚ ਗੁਰੂ ਅਮਰਦਾਸ ਦੇ ਹਿਲਾ ਕੇ ਰੱਖਤਾ ਜਗਾਤਾ ਪਵਨ ਚਕੋਰਿਆ ਪਵਨ ਦੀ ਬਾਣੀ ਜਦ ਅੰਦਰ ਗਈ ਹਲਾਤਾ ਮਨ ਨੂੰ ਜਗਾਤਾ ਇਹ ਕੀ ਆਵਾਜ਼ ਕਿੱਥੋਂ ਆਈ ਕਿਹੋ ਜਿਹੀ ਆਵਾਜ਼ ਹੈ ਇਹਾਂ ਖਾੜ ਚਲੋ ਹਲਾ ਅੱਗੇ ਵਸਣ ਸਹਿਲਾ ਜੇ ਕਿਸੇ ਦੇ ਕੰਨ 'ਚ ਪੈ ਜਾਵੇ ਹਿਲਾ ਕੇ ਰੱਖ ਦਿੰਦੀ ਹੈ ਜਿਹੜੇ ਚਾਹੁੰਦਾ ਹੋਵੇ ਨਾ ਕੁਛ ਇੰਨੀ ਆਵਾਜ਼ ਹਿਲਾ ਦਿੰਦੀ ਹੈ ਇਹਾਂ ਖਾੜ ਚਲੋ ਹਲਾ ਅੱਗੇ ਵਸਣਾ ਜੇ ਕਿਸੇ ਦੇ ਆਵਾਜ਼ ਪੈ ਜਾ ਹਿਲਾ ਕੇ ਰੱਖ ਦੂ ਇਹ ਪਰ ਪਈ ਕਿਹਦੇ ਹੈ ਪੈਂਦੀ ਹੈ ਨਹੀਂ ਕਿਸੇ ਦੇ ਅੰਦਰ ਇੰਨੀ ਆਵਾਜ਼ ਜਵਾ ਦਿੰਦੀ ਹੈ ਜਿਹਨੂੰ ਹੋਵੇ ਅੱਗੇ ਸਹਿਲਾ ਕਿਵੇਂ ਹੋਣਾ ਪਰ ਲੋਕ ਕੀ ਹੈ ਇੰਨੀ ਆਵਾਜ਼ ਹਿਲਾ ਦਿੰਦੀ ਹੈ ਔਰ ਬਹੁਤਿਆਂ ਨੂੰ ਹਿਲਾਇਆ ਅਗਲੇ ਨੇ ਦੱਸਿਆ ਵੀ ਮੈਨੂੰ ਆਹ ਆਵਾਜ਼ ਸੁਣੀ ਤੀ ਮੈਂ ਜਦੋਂ ਹੀ ਛੱਡ ਕੇ ਸਿੰਘ ਸੱਜ ਗਿਆ ਬਸ ਘਰ ਛੱਡਿਆ 3-4 ਸਾਲ ਇਹਨਾਂ ਨੇ ਪਰ ਦਿਸ਼ਕਾਇਆ ਹਟਿਆ ਮੈਂ ਵੀ ਨਹੀਂ ਨੰਗੇ ਪੈਰ ਨਹੀਂ ਗੱਡੇ ਦੇ ਮਗਰੇ ਰਹੇ ਆਵਾਜ਼ ਆਹੀ ਪਈ ਸੀ ਕੰਨ 'ਚ ਹਿਲਾ ਕੇ ਰੱਖਤੇ ਜੀਵਨ ਬਦਲਤਾ ਜਿਹਦਾ ਜੀਵਨ ਬਦਲਦਾ ਬਦਲ ਪਰ ਜਿਹਨੇ ਲੈਣਾ ਹੀ ਦੂਆ ਕੁਛ ਸੌਦਾ ਅਰਦਾਸ ਦੂਈ ਹੈ ਗਾਹਕ ਨਹੀਂ ਹੈ ਬਿਨ ਗੁਣ ਬਿਨ ਗਾਹਕ ਗੁਣ ਜਿਹੜਾ ਵੇਚਦਾ ਨਾ ਸੋ ਗੁਣ ਐਵੇਂ ਹੀ ਜਾਂਦਾ ਸਹਿਜ ਹੋ ਜਾਏ ਸੋ ਰਿਹਾ ਮੱਧੇ ਪਵਨ ਚੁਕੋ ਰਿਹਾ ਹਿਲਾ ਕੇ ਰੱਖ ਦਿੱਤਾ ਸੁੱਤੇ ਪਏ ਨੂੰ ਆਕਾਸ਼ੇ ਫਰ ਭਰਿਆ ਮਨ ਦੇ ਵਿੱਚ ਸੁੱਤਾ ਪਿਆ ਨਹੀਂ ਆਕਾਸ਼ 'ਚ ਜਿਵੇਂ ਪੰਛੀ ਫੜਫੜਾਉਂਦਾ ਫੜਫੜਾਇਆ ਪੰਛੀ ਮੈਂ ਫੜਫੜਾਇਆ ਮਨ ਆਹ ਕੀ ਗੱਲ ਤੂੰ ਕੀ ਕਹਿੰਦਾ ਸੀ ਇਹ ਇੱਥੇ ਕੀ ਨਿਕਲਿਆ ਜਾਂ ਜਾ ਕੇ ਮਗਰ ਦੇ ਪੜ੍ਹੇ ਨਾ ਉਹ ਗ੍ਰੰਥ ਜਦ ਉੱਥੋਂ ਆਈ ਸਮਝ ਮਾੜਾ ਤਾਂ ਪਹਿਲਾਂ ਹੀ ਛੱਡਿਆ ਆਇਆ ਸੀ ਪਹਿਲਾਂ ਗੱਲ ਤਾਂ ਹਾਂ ਇਹ ਮਿਲਣਾ ਤਾਂ ਆਇਆ ਸੀ ਫੜਫੜਾਇਆ ਮਨ ਜਾਗ ਪਿਆ ਫੜਫੜਾਇਆ ਮਨ ਜਾਗ ਪਿਆ ਆਕਾਸ਼ੇ ਪੰਛੀ ਟਾਹਣੀਆਂ 'ਤੇ ਬੈਠੇ ਹੁੰਦੇ ਨੇ ਬੈਠੇ ਹੀ ਹੋ ਜਾਂਦੇ ਨੇ ਦੇਖੋ ਟਾਹਣੀ 'ਤੇ ਬੈਠਾ ਪੰਛੀ ਸੌਂ ਸਕਦਾ ਸੌਂ ਜਾਂਦਾ ਪਕੜ ਹੁੰਦੀ ਹੈ ਪੰਛੀਆਂ ਦੀ ਪਰ ਜਦ ਕੋਈ ਝੋਲਾ ਲੱਗਦਾ ਨਾ ਕਿਤੇ ਹਵਾ ਆ ਜਾਵੇ ਤੇਜ਼ ਜਾਗਦੇ ਨੇ ਸੋ ਰਹੇ ਬੰਦੇ ਪਵਨ ਪਵਨ ਦਾ ਹਲਾਰਾ ਵੱਜੇ ਉਹਨੂੰ ਜਦ ਫੜਫੜਾਉਂਦਾ ਕਿਉਂਕਿ ਡਿੱਗਣਾ ਹੁੰਦਾ ਨਾ ਉੱਥੋਂ ਉਹਨੇ ਪਤਾ ਡਿੱਗਿਆ ਮੈਂ ਫੜਫੜਾ ਕੇ ਜਾਗਦੇ ਨੇ ਪੰਛੀ ਐਂ ਜਾਗਿਆ ਆਹ ਮਿਸਾਲ ਦੇ ਰਿਹਾ ਉਹ ਆਵੇ ਹਵਾ ਦਾ ਤੇਜ਼ ਝੌਂਕਾ ਅਤੇ ਟਾਹਣੀਆਂ ਜਾਣ ਹਿੱਲ ਦਰਖਤ ਜਾਵੇ ਹਿੱਲ ਤਾਂ ਪੰਛੀ ਕੀ ਕਰੂਗਾ ਫੜਫੜਾ ਕੇ ਉੱਠੂ ਕਿ ਨਹੀਂ ਉੱਠੂ ਐਂ ਜਾਗਿਆ ਮਨ ਤਰਬਰ ਏਕ ਨਾਲ ਡਰ ਸਾਖਾ ਆਇਆ ਨਹੀਂ ਹੈ ਪੇੜ ਤੇ ਬੈਠਾ ਨਾ ਅਨੰਤ ਡਰ ਸਾਖਾ ਉੱਤੇ ਆ ਤਾਂ ਗਿਆ ਪੰਛੀ ਬੈਣ ਬਿਹਟ ਪੰਛੀ ਉਹ ਤਰਬਰ ਤੇ ਬੈਠਾ ਸੀ ਤਰਬਰ ਜਾਂ ਹਿਲਿਆ ਪਛਾੜ ਆ ਗਿਆ ਪਛਾੜ ਆ ਜਾਂ ਹਿਲਿਆ ਫੜਫੜਾ ਕੇ ਉੱਠਿਆ ਵੀ ਇਹ ਕੀ ਗੱਲ ਆਕਾਸ਼ ਹੈ ਫੜ
ਫੜਿਆ ਸਹਿਜ ਸੁਣ ਇੱਕ ਬਿਰਬਾ ਉਪਜਿਆ। ਬਸ ਫਿਰ ਕੀ ਸੀ ਸਹਿਜ ਸੁਣ, ਮਨ ਤਾਂ ਸੁਣ ਪਹਿਲਾਂ ਹੀ ਸੀ ਨਾ, ਮਨ ਤਾਂ ਚੁੱਪ ਸੀ, ਮਨ ਤਾਂ ਪਹਿਲਾਂ ਚੁੱਪ ਸੀ, ਉਹ ਸਹਿਜ ਅਵਸਥਾ 'ਚ ਹੋ ਗਿਆ, ਦੂਆ ਸਹਿਜ ਹੋ ਗਿਆ, ਅੰਦਰਲਾ ਬਿਲਕੁਲ ਜਾ ਗਿਆ। ਅਸਲ 'ਚ ਅੰਦਰਲਾ ਵੀ ਸੁਪਨਾ ਹੀ ਦੇਖਦਾ ਸੀ, ਸੰਸਾਰੀ ਨੀਂਦ ਤੋਂ ਸੁੱਤਾ ਪਿਆ ਸੀ। ਸੰਸਾਰੀ ਨੀਂਦ ਨਹੀਂ ਆਉਂਦੀ ਅੰਦਰਲੇ ਨੂੰ, ਸਿਰਫ ਜਿਹੜੀ ਸੰਸਾਰੀ ਨੀਂਦ ਹੈ ਨਾ ਉਹ ਨਹੀਂ ਆਉਂਦੀ। ਗਿਆਨੀਆਂ ਨੂੰ ਸੱਚ ਦਾ ਕੀ ਹੈ, ਉਹਨੂੰ ਅਸਲ 'ਚ ਅਸਲੀਅਤ ਦਾ ਪਤਾ ਲੱਗ ਗਿਆ। ਕੀ ਪਤਾ ਲੱਗਿਆ ਉਹਨੂੰ, ਜਿਹਨੂੰ ਮੈਂ ਟੋਲਦਾ ਤਾਂ ਮੈਂ ਹਾਂ, ਆਹ ਪਤਾ ਲੱਗਿਆ ਉਹਨੂੰ। ਸੋਈ ਮੁੜ ਕੇ ਤੂੰ ਪਿਆ ਜਾ ਕੋ ਕਹਿਤਾ, ਉਹਦੇ ਆਪਣੇ ਅੰਦਰੋਂ ਹੀ ਪ੍ਰਗਟ ਜਦ ਹੋਇਆ ਨਾ, ਪਵਨ ਗੁਰੂ ਅੰਦਰੋਂ ਪ੍ਰਗਟ ਹੋਇਆ ਨਾ, ਪਵਨ ਗੁਰੂ ਉਹਦੇ ਅੰਦਰੋਂ ਹੀ ਪ੍ਰਗਟ ਹੋਇਆ ਸੀ। ਹਾਂ, ਆਕਾਸ਼ ਦੇ ਵਿੱਚ ਅੰਦਰੋਂ ਹੀ ਪ੍ਰਗਟ ਹੋਇਆ ਸੀ ਸ਼ਬਦ ਉਹਦੇ ਅੰਦਰੋਂ, ਤੁਰਕੀ ਬਾਣੀ ਜਾਂ ਪ੍ਰਗਟ ਹੋ। ਹਾਂ, ਮੇਰੇ ਅੰਦਰੋਂ ਪ੍ਰਗਟ ਹੋਈ ਹੈ ਤਾਂ ਮੈਂ ਤਾਂ ਸੋਚਦਾ ਸੀ ਬਾਹਰੋਂ ਆਊਗੀ ਇਹ, ਕਾਸ਼ੀ ਦੇ ਤੁਹਾਨੂੰ ਭਜਾ ਤੁਹਾਨੂੰ ਖਿਰਦੇ ਜੇ ਪੈਦਾ ਹੋਣੀ ਸੀ। ਉਹ ਬੀਜ ਦਾ ਬਿਰਛ ਨੂੰ ਦੇਖਦਾ ਸੀ, ਬੀਜ ਵੀ ਬਿਰਛ ਕਿਹਾ ਜਾ ਹੁੰਦਾ ਜੀ, ਤਾਂ ਮੈਂ ਟੁੱਟ ਕੇ ਆਇਆ। ਜਦ ਆਪਣੇ 'ਚੋਂ ਬਿਰਛ ਪੈਦਾ ਹੋ ਗਿਆ ਫਿਰ ਹੈਰਾਨ ਹੋਇਆ ਵੀ ਇਹ ਤਾਂ ਤੇਰੇ ਵਿੱਚ ਸੀ, ਉਹ ਬਿਰਛ ਤਾਂ ਤੂੰ ਵਿਚਲੇ ਹੀ ਬੈਠਾ ਸੀ, ਬਰੋਟੇ ਦਾ ਬੀਜ ਬਰੋਟੇ ਨੂੰ ਦੇਖ ਰਿਹਾ ਧਰਤੀ 'ਤੇ ਪਿਆ ਵੀ ਇਹ ਕਿੱਡਾ। ਜਦ ਆਪੇ ਬਰੋਟਾ ਬਣ ਗਿਆ ਹੈਰਾਨ ਹੋ ਗਿਆ ਵੀ ਤੂੰ ਤੂੰ ਬਰੋਟਾ ਸੀਗਾ। ਪਤਾ ਚੱਲ ਲੱਗਾ ਜਾਂ ਵਿੱਚੋਂ ਪੈਦਾ ਹੋਇਆ ਬਰੋਟਾ ਪ੍ਰਗਟ ਹੋਇਆ ਜਾਂ ਪਤਾ ਲੱਗਿਆ, ਫਿਰ ਫੜ ਫੜਾਇਆ ਆਕਾਸ਼ੇ ਫੜ ਫੜਿਆ ਸਹਿਜ ਸੁਣ ਇੱਕ ਬਿਰਬਾ ਉਪਜਿਆ ਉਪਜਿਆ ਨਰਪੇੜ ਬਿਰਛ ਪੈਦਾ ਹੋ ਗਿਆ ਵਿੱਚੋਂ ਬੀਜਦਿਆਂ। ਸਹਿਜ ਸੁਣ ਕੇ ਘਾਟ ਹੈ ਨਾ, ਇਸ ਨੂੰ ਕਹਿ ਰਿਹਾ ਕਬੀਰ, ਉੱਧਰ ਮਨ ਸਹਿ ਚਿੱਤ ਸਹਿਜ ਆਪ ਸੁਣ ਵਿਚਾਲਿਓਂ ਪੈਦਾ ਹੋਇਆ। ਸਹਿਜ ਕੀ ਹੈ, ਸੁਣ ਕੀ ਹੈ, ਮਨ ਵਿੱਚ ਮਾਇਆ ਦੀ ਭੁੱਖ ਹੈ ਨਹੀਂ, ਉਹ ਸੁਣ। ਉਹਨੇ ਆਪਣਾ ਕੰਮ ਕਰ ਲਿਆ, ਉਹਦਾ ਕੰਮ ਮੁੱਕਿਆ ਹੋਇਆ, ਉਹਨੂੰ ਕਹਿ ਫਿਰ ਘਰ ਬੈਸੋ ਹਰਜਨ ਪਿਆਰੇ, ਹਰਜਨ ਪਿਆਰੇ ਉਹ ਤਾਂ ਬੈਠਾ ਨਾ, ਉਹਦੀ ਕੋਈ ਇੱਛਾ ਨਹੀਂ ਬਣਦੀ, ਪਰ ਦੂਏ ਦੀ ਇੱਛਾ ਹੈਗੀ ਹੈ। ਉਹਨੂੰ ਕੀ, ਉਹਨੂੰ ਨਾਮ ਦੀ ਭੁੱਖ ਹੈ ਅੰਦਰਲੇ ਨੂੰ, ਇਹਨੂੰ ਮਾਇਆ ਦੀ ਭੁੱਖ ਹੁੰਦੀ ਹੈ, ਇਹਨੇ ਛੱਡਤੀ ਮਾਇਆ ਦੀ ਭੁੱਖ, ਛੱਡਤੀ ਨਾ, ਉਹਨੂੰ ਨਾਮ ਦੀ ਭੁੱਖ ਹੈ। ਉਹ ਨਾਮ ਦੀ ਭੁੱਖ ਵਾਲਾ ਸਹਿਜ ਹੈ, ਮਾਇਆ ਦੀ ਭੁੱਖ ਵਾਲਾ ਸੁਣ। ਮਾਇਆ ਦੀ ਹੈ ਕੋਈ, ਮਾਇਆ ਦੀ ਭੁੱਖ ਤੋਂ ਸੁਣ ਤਿਆਗੀ ਹੋਈ ਆਸ, ਨਾਮ ਦੀ ਆਸ ਹੈ ਮਿਲੂਗਾ, ਇਹ ਹੈ ਸਹਿਜ ਸੁਣ। ਨਾਮ ਦੀ ਤਾਂ ਭੁੱਖ ਹੈ, ਉਹ ਨਾਮ ਦੀ ਭੁੱਖ ਵਾਲਾ ਬਿਰਬਾਈ ਪੈਦਾ ਹੋਇਆ, ਸ਼ਬਦ ਗੁਰੂ ਦੇ ਪ੍ਰਗਟ ਹੋਇਆ, ਨਾਮ ਇਹ ਪ੍ਰਗਟ ਹੋਇਆ ਅੰਦਰੋਂ, ਨਾਮਾ ਹੀ ਨਾਮ ਬਣ ਗਿਆ। ਨਾਮਾ ਨਾਮਾ ਸੀ ਨਾ ਜਿਹੜਾ ਨਾਮ ਦਾ ਬੀਜ, ਉਹ ਆਪ ਹੀ ਨਾਮ ਰੂਪ ਹੋ ਗਿਆ। ਸਹਿਜ ਸੁਣ ਇੱਕ ਬਿਰਬਾ ਉਪਜਿਆ, ਧਰਤੀ ਜਲ ਹਰ ਸੋਖਿਆ, ਧਰਤੀ ਜਲ ਹਰ ਸੋਖਿਆ, ਹਿਰਦੇ ਦੇ ਵਿੱਚ ਜਿਹੜਾ ਗਿਆਨ ਸੀ ਨਾ ਪਹਿਲਾਂ ਪਾਇਆ ਹੋਇਆ, ਉਹ ਗਿਆਨ ਸੋਖਿਆ ਸਾਰਾ ਹੀ, ਸਾਰਾ ਗਿਆਨ ਉਹਦੇ ਵਿੱਚ ਚਲਾ ਗਿਆ, ਬਿਰਛ ਰੂਪ ਬਣ ਗਿਆ। ਉਹ ਬਿਰਛ ਰੂਪ ਬਣ ਕੇ ਗਿਆਨ ਆਇਆ ਹੋਇਆ ਗੁਰਬਾਣੀ 'ਚ, ਜਿਹੜਾ ਸੰਸਾਰ ਦਾ ਗਿਆਨ ਵਿੱਚ ਪਾਇਆ ਹੋਇਆ, ਸੰਸਾਰ 'ਚ ਲਿਆ ਸੀ। ਜੈਸੇ ਜਲ ਮੈਂ ਕਮਲ ਨਿਰਾਲ ਮੈਂ, ਕਿੱਥੇ ਦਾ ਗਿਆਨ ਸੀ ਇਹਦੇ ਵਿੱਚ ਪਾਇਆ ਨਹੀਂ ਹੋਇਆ ਬਿਰਛ 'ਚ, ਉਹ ਗਿਆਨ ਬਿਰਛ ਵਿੱਚ ਹੀ ਹੈ ਸਾਰਾ। ਜੋ ਗਿਆਨ ਲਿਆ ਸੀ ਮਨ ਕੋਲ ਸੀ, ਖੱਬੇ ਪਾਸੇ ਪਿਆ ਸੀ, ਜਿਹਨੇ ਛਡਾਇਆ ਸੀ ਭੁੱਖ, ਸੰਸਾਰ ਦੀ ਭੁੱਖ ਛਡਾਈ ਸੀ, ਉਹ ਗਿਆਨ ਪਿਆ ਸੀ ਨਾ, ਉਹ ਸਾਰਾ ਹੀ ਬਿਰਛ ਵਿੱਚ ਚਲਿਆ ਗਿਆ, ਬਿਰਛ ਰੂਪ ਹੋ ਗਿਆ। ਪਾਣੀ ਚਾਹੀਦਾ ਨਾ ਬਿਰਛ ਵਿੱਚ, ਸਾਰਾ ਹੀ ਬਿਰਛ ਦੇ ਵਿੱਚ ਚਲਿਆ ਗਿਆ। ਦੋ ਪ੍ਰਕਾਰ ਦਾ ਗਿਆਨ ਹੋ ਗਿਆ ਹੁਣ। ਇਹ ਤਾਂ ਜਿਹੜਾ ਸੀਗਾ ਸੰਸਾਰ ਦਾ ਗਿਆਨ ਗੁਰਬਾਣੀ ਦਾ ਲਿਆ ਹੋਇਆ, ਬਿਰਛ ਵਿੱਚ ਚਲਿਆ ਗਿਆ, ਉਹਦੇ ਵਿੱਚ ਥਾਈ ਇਹ ਰਸ, ਭੋਪ ਦੇ ਵਿੱਚ ਥਾਈ,
ਨਿਰਾਕਾਰ ਦਾ ਜਿਹੜਾ ਦੂਆ ਗਿਆਨ ਹੈ ਉੱਧਰੋਂ ਆਈ ਜਾਂਦਾ ਉੱਥੇ ਤਾਰ ਜੁੜ ਗਈ ਸਿੱਧੀ ਮੱਖਣ ਉੱਥੋਂ ਮਿਲਣ ਲੱਗ ਗਿਆ ਦੁੱਧ ਬੁਲਾਉਣ ਲੱਗ ਗਿਆ ਸੰਸਾਰੀ ਗਿਆਨ ਵਿੱਚ ਪਾਉਣ ਲੱਗ ਗਿਆ ਸੰਸਾਰੀ ਗਿਆਨ ਪਾ ਕੇ ਜਿਹੜਾ ਨਿਰਾਕਾਰੀ ਗਿਆਨ ਸੀ ਪ੍ਰਗਟ ਹੋ ਰਿਹਾ ਉਹ ਜਬਣਾ ਕੇ ਗੁਰਬਾਣੀ ਰਚਣ ਲੱਗ ਗਿਆ ਸਹਿਜ ਸੁਣ ਇੱਕ ਬਿਰਬਾ ਉਪਜਿਆ ਧਰਤੀ ਜਲ ਹਰ ਸੁੱਖਿਆ ਕਹੇ ਕਬੀਰ ਮੈਂ ਤਾਕਾ ਸੇਵਕ ਜਿਹਨੇ ਇਹ ਬਿਰਬਾ ਦੇਖਿਆ ਕਬੀਰ ਕਹਿੰਦਾ ਮੈਂ ਉਹਦਾ ਸੇਵਕ ਹਾਂ ਮੈਂ ਉਹਦਾ ਚੇਲਾ ਬਣ ਜੂੰਗਾ ਜਿਹਨੇ ਇਹ ਬਿਰਬਾ ਸਮਝ ਲਿਆ ਬਿਰਬਾ ਹੈ ਕੀ ਜਿਹਨੇ ਬਿਰਬੇ ਦਾ ਦਰਸ਼ਨ ਕਰ ਲਿਆ ਪੇੜ ਕਿੱਥੇ ਪੈਦਾ ਹੋਇਆ ਜੋ ਮੈਂ ਗੱਲ ਕਹੀ ਹੈ ਜਿਹਨੇ ਇਹ ਸਮਝ ਲਿਆ ਮੈਂ ਉਹਦਾ ਦਾਸ ਹਾਂ ਉਹਦਾ ਸੇਵਕ ਗੁਰੂ ਨਾਨਕ ਨੇ ਉੱਥੇ ਕਿਹਾ ਇਸ ਪਾਸ ਜੋ ਅਰਥ ਆਇਲੇ ਸੋ ਗੁਰੂ ਹਮਾਰਾ ਗੁਰਬਾਣੀ ਚ ਦੱਸਿਆ ਰਿਹਾ ਟੈਸਟ ਜੇ ਆਏ ਪਰ ਤੁਸੀਂ ਅਰਥਾਲੇ ਸਮਝੋ ਗੁਰਬਾਣੀ ਸਮਝ ਆ ਗਈ ਬਥੇਰੇ ਸ਼ਬਦ ਪਏ ਨੇ ਇੱਕ ਵੀ ਸ਼ਬਦ ਕਿਉਂ ਨਹੀਂ ਟੱਚ ਕੀਤਾ ਮਹਾਂਪੁਰਖਾਂ ਨੇ ਉਹ ਇਮਤਿਹਾਨ ਦਿੰਦੇ ਜਿਹੜਾ ਹੁਣ ਹੁਣ ਦੇ ਦੇਵੇ ਅਜੇ ਬਥੇਰੇ ਸ਼ਬਦ ਪਏ ਨੇ ਇਹਦੇ 'ਚ ਸੈਂਕੜੇ ਸ਼ਬਦ ਪਏ ਨੇ ਇੱਕ ਵੀ ਅਰਥ ਆ ਕੇ ਦਿਖਾਵੇ ਕੋਈ ਇੱਕ ਦਾਸ ਅਰਥ ਆਊਗਾ ਮਹਾਂਪੁਰਖ ਨਹੀਂ ਅਰਥ ਆ ਸਕਦੇ ਮਹਾਂਪੁਰਖਾਂ ਦੀ ਮੱਤ ਮਾਰ ਜਾਂ ਮੱਤ ਮਾਰੀ ਜਾਂਦੀ ਹੈ ਮਹਾਂਪੁਰਖ ਜਦ ਬਣਦਾ ਜਿਹਦੀ ਮੱਤ ਜਾਗਦੀ ਹੈ ਉਹ ਦਾਸ ਬਣਦਾ ਜਿਹਦੀ ਮੱਤ ਮਾਰੀ ਜਾਂਦੀ ਹੈ ਮਹਾਂਪੁਰਖ ਬਣਦਾ ਕੁਛ ਸਰੀਰਕ ਹੈ ਖਸਮੇ ਕਰੇ ਬਰਾਬਰੀ ਸੋ ਗਣਤੰਤਰ ਫਿਰ ਉਹ ਤਾਂ ਮੱਤ ਮਾਰੀ ਜਾਂਦੀ ਹੈ ਮਹਾਂਪੁਰਖ ਦਾ ਆਪ ਹੈ ਪਰਮੇਸ਼ਰ ਤੂੰ ਜਾਂ ਮਹਾਂਪੁਰਖ ਕਰਿਆ ਬਰਾਬਰੀ ਕਰੇਗਾ ਮੱਤ ਤਾਂ ਪਹਿਲਾਂ ਹੀ ਮਾਰੀ ਗਈ ਜਦ ਇੱਛਾ ਪੈਦਾ ਹੋਈ ਮਹਾਂਪੁਰਖ ਬਣਨ ਦੀ ਜਿਹੜੇ ਸੰਤ ਮਹਾਂਪੁਰਖ ਨੇ ਸਾਰਿਆਂ ਦੀ ਮੱਤ ਮਾਰੀ ਹੋਈ ਹੈ ਜਿੰਨਾ ਚਿਰ ਮਹਾਂਪੁਰਖ ਨਾਲ ਚਿਰ ਮੱਤ ਮਾਰੀ ਗਈ ਹੈ ਜਿੱਦਣ ਬਣ ਕੇ ਨਾ ਸੇਵਕ ਸ਼ਾਇਦ ਉੱਦਣ ਜਾਗਣ ਲੱਗ ਜਾਵੇ ਨਾਲੇ ਦਾਸ ਕਹਿੰਦਾ ਨਾਲੇ ਮਹਾਂਪੁਰਖ ਨੇ ਤੁਸੀਂ ਮਹਾਂਪੁਰਖ ਨੂੰ ਕਿਉਂ ਬਦਨਾਮ ਕਰਦੇ ਮਹਾਂਪੁਰਖ ਇਹਦਾ ਦਾਸ ਹੁੰਦਾ ਇੱਕ ਪਾਸੇ ਦਾਸ ਇੱਕ ਪਾਸੇ ਮਹਾਂਪੁਰਖ ਉਹ ਤਾਂ ਇਹ ਗੱਲ ਹੋ ਗਈ ਇੱਕ ਜੁੱਤੀ ਦਾ ਪੈਰ ਪੈਰ 'ਚ ਇੱਕ ਸਿਰ 'ਤੇ ਬੰਨ ਲਿਆ ਇੱਕ ਪੈਰ ਸਿਰ 'ਤੇ ਬੰਨ ਲਓ ਇੱਕ ਪੈਰ ਨੂੰ ਪੈਰ 'ਚ ਪਾ ਕੇ ਰੱਖੋ ਦਾਸ ਤਾਂ ਪੈਰ ਥੱਲੇ ਹੈ ਇੱਕ ਪੈਰ ਸਿਰ 'ਤੇ ਰੱਖ ਲਿਆ ਮਹਾਂਪੁਰਖ ਬਣ ਗਿਆ ਮੱਤ ਮਾਰੀ ਹੋਈ ਹੈ ਇਸੇ ਕਰਕੇ ਬਾਣੀ ਦਾ ਇੱਕ ਅੱਖਰ ਬਣੀ ਇਹਨਾਂ ਨੂੰ ਗਿਆਨ ਹੈਗਾ ਸਖੀਆਂ ਸੁਖੀਆਂ ਸੁਣਾਈ ਜਾਂਦੇ ਨੇ ਲੋਕਾਂ ਨੂੰ ਬੇਵਕੂਫ ਬਣਾਈ ਜਾਂਦੇ ਨੇ ਹਾਂਜੀ